ਦੋਸਤੋ ਸਜਣੋ ਮਿੱਤਰੋ ਸਾਥੀਓ ਭੈਣੋ ਅਤੇ ਭਰਾਓ ਅਸਲਾਮ ਅਲੈਕੁਮ ਨਮਸਕਾਰ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਨਜ਼ੀਰ ਕਹੂਟ ਅਤੇ ਮੈਂ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਆਪਣਾ ਪ੍ਰੋਗਰਾਮ ਪੰਜਾਬ ਅਵਲ ਪੰਜਾਬ ਆਖਰ ਲੈ ਕੇ ਅਤੇ ਮੇਰੇ ਨਾਲ ਸਟੂਡੀਓ 'ਚ ਇਸ ਵਕਤ ਮੌਜੂਦ ਨੇ ਮੇਰੇ ਵੀਰ ਤਾਹਿਰ ਅਸਲਮ ਗੋਰਾ ਅਤੇ ਅਸੀਂ ਟੈਗ ਟੀ ਵੀ ਤੋਂ ਤੁਹਾਡੀ ਖਿਦਮਤ 'ਚ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਪਹਿਲੀ ਗੱਲ ਇਸ ਤੋਂ ਪਹਿਲੇ ਕਿ ਮੈਂ ਕੋਈ ਗੱਲਬਾਤ ਸ਼ੁਰੂ ਕਰਾਂ ਮੈਂ ਕਦੀ ਟੀ ਵੀ 'ਤੇ ਪ੍ਰੋਗਰਾਮ ਨਹੀਂ ਕੀਤੇ ਕਦੀ ਕੋਈ ਟਾਕ ਸ਼ੋਅ ਨਹੀਂ ਕੀਤੇ ਮੈਂ ਪਹਿਲੀ ਵਾਰੀ ਇਹ ਪ੍ਰੋਗਰਾਮ ਕਰ ਰਿਹਾ ਅਤੇ ਜੇ ਕੋਈ ਗਲਤੀ ਹੋਵੇ ਕੋਈ ਚੀਜ਼ ਨੋਟ ਕਰੋ ਤਾਂ ਮਿਹਰਬਾਨੀ ਕਰਕੇ ਮਾਫੀ ਦੇਣਾ ਇਹ ਸਮਝ ਲੈਣਾ ਕਿ ਮੈਂ ਇਹ ਇਸ ਦਾ ਕੋਈ ਤਜਰਬਾ ਨਹੀਂ ਹੈ ਅੱਜ ਦਾ ਜਿਹੜਾ ਪ੍ਰੋਗਰਾਮ ਅਸੀਂ ਕਰ ਰਹੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬੁਨਿਆਦੀ ਤੌਰ 'ਤੇ ਕੁਝ ਜਨਰਲ ਜਿਹੀਆਂ ਗੱਲਾਂ ਕਰਾਂਗੇ ਉਸ ਤੋਂ ਬਾਅਦ ਜਿਹੜਾ ਸਾਡਾ ਥੀਮ ਹੈ ਪੰਜਾਬ ਅਵਲ ਪੰਜਾਬ ਆਖਿਰ ਅਸੀਂ ਉਸ 'ਤੇ ਗੱਲ ਕਰਾਂਗੇ ਅੱਜ ਦੇ ਪ੍ਰੋਗਰਾਮ 'ਚ ਅਸੀਂ ਤਿੰਨ ਮੁੱਢਲੇ ਇਸ਼ੂ ਜਿਹੜੇ ਨੇ ਉਹ ਮੈਂ ਤਾਹਿਰ ਅਸਲਮ ਗੋਰਾ ਸਾਹਿਬ ਨਾਲ ਤੁਸੀਂ ਆਪਸ ਵਿੱਚ ਡਿਸਕਸ ਕਰਾਂਗੇ ਅਤੇ ਮੇਰੀ ਖਾਹਿਸ਼ ਹੋਏਗੀ ਕਿ ਤੁਸੀਂ ਪ੍ਰੋਗਰਾਮ 'ਚ ਸਾਡੇ ਨਾਲ ਆਖਰ 'ਤੇ ਰਹੋ ਅਤੇ ਜਦੋਂ ਪ੍ਰੋਗਰਾਮ ਦੇਖ ਲਓ ਅਤੇ ਕਿਉਂਕਿ ਇੱਕ ਕਾਜ਼ ਦਾ ਪ੍ਰੋਗਰਾਮ ਹੈ ਇੱਕ ਤਹਿਰੀਕ ਨਾਲ ਵਾਬਸਤਾ ਪ੍ਰੋਗਰਾਮ ਹੈਗਾ ਅਤੇ ਕੋਸ਼ਿਸ਼ ਹੋਏਗੀ ਤੁਸੀਂ ਜਿੱਥੇ ਵੀ ਪ੍ਰੋਗਰਾਮ ਦੇਖੋ ਯੂਟਿਊਬ 'ਤੇ ਫੇਸਬੁੱਕ 'ਤੇ ਇਹ 'ਤੇ ਆਪਣੀ ਰਾਏ ਨਾਲ ਸਾਨੂੰ ਜ਼ਰੂਰ ਆਗਾਹ ਕਰਨਾ ਤਾਂ ਕਿ ਪ੍ਰੋਗਰਾਮ ਬਿਹਤਰੀ ਵੱਲ ਜਾਵੇ ਅੱਜ ਜਿਹੜੀ ਮੈਂ ਗੱਲਬਾਤ ਕਰ ਰਿਹਾ ਉਹਦੇ ਵਿੱਚ ਸਾਡੇ ਤਿੰਨ ਮੁੱਦੇ ਨੇ ਤਿੰਨ ਮੇਨ ਚੀਜ਼ਾਂ ਨੇ ਇੱਕ ਤਾਂ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਯਾਨੀ ਮਾਂ ਬੋਲੀ ਆਲਮੀ ਦਿਹਾੜ ਮਨਾਇਆ ਜਾ ਰਿਹਾ ਇਹਦੇ ਬਾਰੇ 'ਚ ਅਸੀਂ ਗੱਲ ਕਰਨੀ ਕਿ ਇਹਦਾ ਬੈਕਗਰਾਊਂਡ ਕੀ ਹੈਗਾ ਇਹਦਾ ਪਿਛੋਕੜ ਕੀ ਹੈ ਕਿਉਂ ਮਨਾਇਆ ਜਾ ਰਿਹਾ ਕਿਸ ਇਹਦੀ ਵਜ੍ਹਾ ਕੀ ਬਣੀ ਸੀ ਦੂਜਾ ਇਹ ਹੈ ਕਿ ਇਸ ਪ੍ਰੋਗਰਾਮ ਦੀ ਵਜ੍ਹਾ ਤੋਂ ਦੁਨੀਆ ਵਿੱਚ ਦੂਜੀਆਂ ਲਸਾਨੀ ਤਹਿਰੀਕਾਂ ਅਤੇ ਪਾਕਿਸਤਾਨ ਦੀ ਜਿਹੜੀ ਲਸਾਨੀ ਅਤੇ ਆਪਣਾ ਕਲਚਰ ਸਿਚੁਏਸ਼ਨ ਹੈਗੀ ਹੈ ਉਹਦੇ ਉੱਤੇ ਕੀ ਅਸਰ ਪਿਆ ਇਹਦੇ ਨਾਲ ਅਸੀਂ ਦੇਖਾਂਗੇ ਕਿ ਬੰਗਾਲੀ ਲੈਂਗੁਏਜ ਮੂਵਮੈਂਟ ਜਿਹੜੀ ਹੈ ਅਤੇ ਜਿਹੜੀ ਬੰਗਾਲ ਦੀ ਸੂਰਤ ਹਾਲ ਸੀ ਈਸਟ ਪਾਕਿਸਤਾਨ ਦੀ ਸੂਰਤ ਹਾਲ ਸੀ ਅੱਜ ਅਸੀਂ ਉਹਦਾ ਮੁਵਾਜ਼ਨਾ ਕਰਨਾ ਉਹਨੂੰ ਉਹਦਾ ਕੰਪੈਰੀਜ਼ਨ ਕਰਨਾ ਕਿ ਸਾਡੇ ਪਾਕਿਸਤਾਨੀ ਪੰਜਾਬ ਵਿੱਚ ਉਹ ਬੰਗਾਲੀ ਲੈਂਗੁਏਜ ਮੂਵਮੈਂਟ ਅਤੇ ਪੰਜਾਬੀ ਲੈਂਗੁਏਜ ਮੂਵਮੈਂਟ ਜਿਹੜੀ ਇਹਨਾਂ ਦੀ ਇਸ ਵਕਤ ਦੀ ਮਮਾਸਲਤ ਅਤੇ ਪਿਛੋਕੜ ਕੀ ਅਤੇ ਬੈਕਗਰਾਊਂਡ ਕੀ ਹੈ ਅਤੇ ਇਹ ਅੱਗੇ ਕਿੱਧਰ ਜਾ ਰਹੀਆਂ ਨੇ ਤੀਸਰੀ ਗੱਲ ਅਸੀਂ ਇਹ ਕਰਨੀ ਕਿ ਜਿਹੜਾ ਆਲਮੀ ਮਾਂ ਬੋਲੀ ਦਿਹਾੜ ਮਨਾਇਆ ਜਾ ਰਿਹਾ ਪਾਕਿਸਤਾਨ ਵਿੱਚ ਇਹਦੀ ਕੀ ਤਿਆਰੀ ਹੈ ਇਹਨਾਂ ਤਿੰਨ ਮਸਲਿਆਂ 'ਤੇ ਅਸੀਂ ਗੱਲ ਤਿੰਨ ਚੀਜ਼ਾਂ ਬਾਰੇ ਅਸੀਂ ਗੱਲ ਕਰਾਂਗੇ ਅਤੇ ਮੈਨੂੰ ਆਸ ਹੈ ਕਿ ਤੁਸੀਂ ਸਾਡੇ ਨਾਲ ਰਹੋਗੇ ਅਤੇ ਸਾਡੀਆਂ ਗੱਲਾਂ ਸੁਣੋਗੇ ਤਾਰੀ ਸਾਹਿਬ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਸੀਂ ਆਪਣਾ ਟਾਈਮ ਦਿੱਤਾ ਆਪਣੇ ਟੀ ਵੀ ਚੈਨਲ 'ਤੇ ਅਤੇ ਮੇਰੀ ਖਾਹਿਸ਼ ਸੀ ਕਿ ਤੁਸੀਂ ਮੇਰੇ ਨਾਲ ਬੈਠੋ ਤਾਂ ਕਿ ਮੈਂ ਕੁਝ ਹੌਸਲਾ ਦਿੰਦੇ ਰਹੋ ਅਤੇ ਮੈਂ ਡਰਾ ਸ਼ਰਾ ਨਹੀਂ ਮੈਂ ਕਦੇ ਕੈਮਰੇ ਨੂੰ ਕਦੀ ਇਸ ਤਰ੍ਹਾਂ ਫੇਸ ਨਹੀਂ ਕੀਤਾ ਨਹੀਂ ਨਹੀਂ ਤੁਸੀਂ ਕੈਮਰੇ ਨੂੰ ਬੜੇ ਹੋਰ ਤਰ੍ਹਾਂ ਨਾਲ ਫੇਸ ਬੜੀ ਦਫਾ ਕੀਤਾ ਹੈਗਾ ਕਿਉਂਕਿ ਤੁਸੀਂ ਬੜੇ ਸੋਹਣੇ ਬੁਲਾਰੇ ਜੇ ਔਰ ਤੁਹਾਡੀ ਜਿਹੜੀ ਸਟਰਗਲ ਹੈਗੀ ਹੈ ਉਹ ਕੋਈ ਕਿਸੇ ਤੋਂ ਲੁਕੀ ਛੁਪੀ ਨਹੀਂ ਹੈਗੀ ਬੜੇ ਲੰਮੇ ਸਮੇਂ ਤੋਂ ਤੁਸੀਂ ਲੱਗੇ ਹੋਏ ਜੇ ਆਪਣੀ ਹੈਰੀਟੇਜ ਆਪਣੀ ਭਾਸ਼ਾ ਨੂੰ ਕਾਇਮ ਰੱਖਣ ਵਾਸਤੇ ਕਮਿਟਡ ਜੇ ਔਰ ਤੁਸੀਂ ਪਤਾ ਨਹੀਂ ਕਿੰਨੇ ਕੁ ਕੈਮਰਿਆਂ ਨੂੰ ਫੇਸ ਕੀਤਾ ਹੈਗਾ ਇਸ ਤਰ੍ਹਾਂ ਵਨ ਔਨ ਵਨ ਕੈਮਰੇ ਨੂੰ ਤਾਂ ਤੁਸੀਂ ਸ਼ਾਇਦ ਜ਼ਰਾ ਤਕਲਫ ਲੈ ਰਹੇ ਜੇ ਲੇਕਿਨ ਤੁਸੀਂ ਤਾਂ ਕੈਮਰਿਆਂ ਨੂੰ ਹੀ ਫੇਸ ਕੀਤਾ ਹੈ ਸਾਈਮਲਟੇਨੀਅਸਲੀ ਦੇਖੋ ਜਿਹੜੀ ਮੈਂ ਹੁਣ ਗੱਲਬਾਤ ਸਿੱਧਾ ਹਾਂ ਜਿਹੜਾ ਪੰਜਾਬ ਅਵਲ ਔਰ ਪੰਜਾਬ ਆਖਰ ਦਾ ਮਾਮਲਾ ਔਰ ਖਾਸ ਤੌਰ 'ਤੇ ਤੁਹਾਡੇ ਇਸ ਪਹਿਲੇ ਸ਼ੋਅ ਦੇ ਵਿੱਚ ਗੱਲ ਹੋ ਰਹੀ ਹੈ ਆਲਮੀ ਮਾਂ ਬੋਲੀ ਦਿਹਾੜ ਦੇ ਉੱਤੇ ਪੰਜਾਬੀ ਮਾਂ ਬੋਲੀ ਦਿਹਾੜ ਨਾਲ ਅਸੀਂ ਆਪ ਜੋੜਦੇ ਹਾਂ ਉਸ ਗੱਲ ਨੂੰ ਉਹਦੇ 'ਚ ਜਿਹੜੀ ਇੱਕ ਬੜੀ ਸੈਡ ਗੱਲ ਹੈ ਉਹ ਹੈਗੀ ਹੈ ਕਿ ਸਾਡੀ ਪੰਜਾਬ ਨਾਲ ਤਲਕ ਰੱਖਣ ਵਾਲੀ ਜਿਹੜੀ ਆਰਮੀ ਹੈ ਉਹਨੇ ਬਹੁਤ ਵਰ੍ਹਿਆਂ ਪਹਿਲੇ ਆਪਣੇ ਹੀ ਭੈਣਾਂ ਭਰਾਵਾਂ ਨੂੰ ਬੰਗਾਲੀਆਂ ਨੂੰ ਦੇ ਉੱਤੇ ਗੋਲੀ ਚਲਾਈ ਢਾਕਾ ਦੇ ਵਿੱਚ ਕਿ ਤੁਸੀਂ ਆਪਣੀ ਜ਼ੁਬਾਨ ਨਾ ਬੋਲੋ ਅਸੀਂ ਤਾਂ ਆਪਣੀ ਜ਼ੁਬਾਨ ਛੱਡ ਦਿੱਤੀ ਹੈਗੀ ਉਹਨਾਂ ਦਾ ਮਤਲਬ ਕਹਿਣ ਦਾ ਜੀ ਜੀ ਤਾਂ ਤੁਸੀਂ ਵੀ ਆਪਣੀ ਜ਼ੁਬਾਨ ਛੱਡੋ ਅਤੇ ਨਹੀਂ ਤੁਸੀਂ ਛੱਡ ਰਹੇ ਆਪਣੀ ਜ਼ੁਬਾਨ ਦੇ ਹਕੂਕ ਮੰਗ ਰਹੇ ਜੇ ਤਾਂ ਇਹ ਗੋਲੀ ਖਾਓ ਉਹਦਾ ਨੁਕਸਾਨ ਕੀ ਹੋਇਆ ਉਹਦਾ ਨੁਕਸਾਨ ਤਾਂ ਖੈਰ ਉਹ ਬੰਦੀਆਂ ਦੀ ਜਾਨਾਂ ਗਈਆਂ ਜਿਹੜੇ ਉੱਥੇ ਉਹਦਾ ਅਨਫੋਰਚੁਨੇਟਲੀ ਉਹਨਾਂ ਦੇ ਸੈਕਰੀਫਾਈਸ ਦੇ ਉੱਤੇ ਪੂਰੀ ਦੁਨੀਆ ਨੇ ਉਹਨੂੰ ਰਿਕਗਨਾਈਜ਼ ਕੀਤਾ ਆਲਮੀ ਮਾਂ ਬੋਲੀ ਦੇ ਦਿਹਾੜ ਦੇ ਉੱਤੇ ਜਦੋਂ ਤੁਸੀਂ ਅਤੇ ਮੈਂ ਗੱਲ ਕਰ ਰਹੇ ਹੈਗੇ ਹਾਂ 21 ਫਰਵਰੀ ਨੂੰ ਆਲਮੀ ਮਾਂ ਬੋਲੀ ਦਿਹਾੜ ਦਾ ਦਿਨ ਹੈ ਔਰ ਉਹਦੀ ਵਜ੍ਹਾ ਕੌਣ ਬਣੇ ਪੰਜਾਬੀ ਹੀ ਬਣੇ ਬਿਲਕੁਲ ਦੁੱਖ ਦੀ ਗੱਲ ਹੈਗੀ ਹੈ ਕਿ ਮਤਲਬ ਜ਼ਿਆਦਾਤਰ ਪੰਜਾਬੀ ਸੀ ਨਾ ਆਰਮੀ ਜਿਹੜੀ ਗਈ ਮਤਲਬ ਸਾਡੀ ਅਗਰ ਪਾਕਿਸਤਾਨ ਦੀ ਆਰਮੀ ਸੀ ਉਹ ਦੂਜੇ ਪਾਕਿਸਤਾਨ ਦੇ ਬੰਦਿਆਂ ਨੂੰ ਮਾਰਨ ਤੋਰੀ ਜੀ 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 ਔਰ ਇਹ ਇੱਕ ਗੱਲ ਰਿਐਲਿਟੀ ਇੱਕ ਸ਼ੁਰੂ ਦਿਨ ਤੋਂ ਸਾਡੀ ਆਰਮੀ ਦੇ ਅੰਦਰ ਪੰਜਾਬੀ ਦੀ ਓਵਰਵੈਲਮਿੰਗ ਪ੍ਰੈਜੈਂਸ ਹੈ ਜਿਹਦੀ 'ਚ ਕੋਈ ਬੁਰੀ ਗੱਲ ਨਹੀਂ ਹੈਗੀ ਜੀ ਜੀ ਦੇਰ ਇਜ਼ ਨਥਿੰਗ ਰੋਂਗ ਇਨ ਇਟ ਕਿਉਂਕਿ ਪਾਪੂਲੇਸ਼ਨ ਦੇ ਵਾਈਜ਼ ਨਾਲ ਉਹਨਾਂ ਦੀ ਤਾਦਾਦ ਜ਼ਿਆਦਾ ਲੇਕਿਨ ਬੁਰੀ ਗੱਲ ਕੀ ਹੋਈ
उन्होंने दूजियां दी मां बोली नूं रोकण दी कोशिश कीती। ਇਹ ਭੁੱਲ ਗਿਆ ਕਿ ਆਪਣੀ ਮਾਂ ਬੋਲੀ ਨੂੰ ਵੀ ਉਹ ਭੁੱਲ ਚੁੱਕੇ ਨੇ ਜਾਂ ਰੋਕ ਚੁੱਕੇ ਨੇ। ਆਪ ਅਸੀਂ ਪੰਜਾਬੀ ਬੋਲਦੇ ਹਾਂ ਜੀ 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 ਬਿਲਕੁਲ, ਲੇਕਿਨ ਤੁਸੀਂ ਰੀਸੈਂਟਲੀ ਇੱਕ ਵੀਡੀਓ ਤੱਕਿਆ ਹੋਣਾ ਨਾ। ਜੀ ਜੀ, ਉਹ ਜਿਹੜਾ ਇਸਲਾਮਾਬਾਦ 'ਚ ਹੋਇਆ, ਤੁਸੀਂ ਤਾਹਿਰ ਸਾਹਿਬ ਇੰਤਹਾਈ ਅਹਿਮ ਪੁਆਇੰਟ ਵੱਲ ਮੇਰਾ ਧਿਆਨ ਕਰਾਇਆ। ਮੈਂ ਅੱਜ ਸੋਚ ਰਿਹਾ, ਅੱਜ ਇਹ ਨਿਤਾਰਾ ਮੈਂ ਕਰ ਹੀ ਦਿਆਂ ਕਿ ਇਹ ਜਿਹੜੀ ਬੰਗਾਲੀ ਲੈਂਗੁਏਜ ਮੂਵਮੈਂਟ ਹੈ, ਇਹਦੇ ਪਿੱਛੇ ਕਹਾਣੀ ਕੀ ਹੈ। ਦੱਸੋ, ਹੋਇਆ ਇਸ ਤਰ੍ਹਾਂ ਹੈ ਕਿ 1947 'ਚ ਕਰਾਚੀ ਵਿੱਚ ਪਾਕਿਸਤਾਨ ਬਣਨ ਤੋਂ ਫੌਰਨ ਬਾਅਦ ਇੱਕ ਤਾਲੀਮੀ ਕਾਨਫਰੰਸ ਹੋਈ। ਹਕੂਮਤ ਪਾਕਿਸਤਾਨ ਨੇ ਉਸ ਕਾਨਫਰੰਸ ਵਿੱਚ ਫੈਸਲਾ ਕੀਤਾ ਕਿ ਪਾਕਿਸਤਾਨ ਦੀ ਜਿਹੜੀ ਕੌਮੀ ਜ਼ੁਬਾਨ, ਸਰਕਾਰੀ ਜ਼ੁਬਾਨ, ਦਫਤਰੀ ਜ਼ੁਬਾਨ ਹੈ, ਉਰਦੂ ਹੋਣੀ ਹੈ। ਇਹਦੇ ਉੱਤੇ ਰਿਐਕਸ਼ਨ ਹੋਇਆ, ਰਿਜੈਂਟਮੈਂਟ ਹੋਇਆ, ਲੇਕਿਨ ਪਾਕਿਸਤਾਨ ਗੌਰਮੈਂਟ ਇਸ ਦੇ ਉੱਤੇ ਅੜ ਗਈ। ਉਸ ਤੋਂ ਬਾਅਦ ਇਹ ਹੋਇਆ ਕਿ ਜਿਸ ਵੇਲੇ ਇਹਨਾਂ ਨੇ ਫੈਸਲਾ ਕਰ ਲਿਆ ਅਤੇ ਇਹਨਾਂ ਨੇ ਇਹ ਕੀਤਾ ਕਿ ਆਪਣਾ ਨਾਲ ਹੀ ਇਹਦੀ ਇੰਪਲੀਮੈਂਟੇਸ਼ਨ ਸ਼ੁਰੂ ਕਰ ਦਿੱਤੀ। ਅਤੇ ਬੰਗਾਲ ਵਿੱਚ ਇਹਨਾਂ ਨੇ ਇਹ ਕੀਤਾ ਕਿ ਪਹਿਲੇ ਤਾਂ ਉਹਨਾਂ ਨੂੰ ਕਿਹਾ ਕਿ ਤੁਸੀਂ ਬੰਗਾਲੀ ਜ਼ੁਬਾਨ ਦਾ ਸਕ੍ਰਿਪਟ ਬਦਲੀ ਕਰੋ। ਅੱਛਾ, ਮੈਂ ਇਹ ਗੱਲ ਕਰਦਿਆਂ ਕਿ ਜਿਹੜੀ ਇਹ ਤਹਿਰੀਕ ਸ਼ੁਰੂ ਹੋਈ ਹੈ ਬੰਗਾਲੀ ਲੈਂਗੁਏਜ ਮੂਵਮੈਂਟ, ਅਤੇ ਉਰਦੂ ਨੇ ਇੰਪੋਜ਼ ਕਰਨ ਦੀ ਆਪਣਾ ਬੰਗਾਲੀਆਂ 'ਤੇ, ਈਸਟ ਪਾਕਿਸਤਾਨ 'ਤੇ, ਉਹਦੇ ਵਿੱਚ ਪੰਜਾਬ ਦਾ ਕਤਨ ਕੋਈ ਹੱਥ ਨਹੀਂ। ਮੈਂ ਅੱਜ ਦਾ ਨਿਤਾਰਾ ਕਰ ਦਿੰਦਾ ਅਤੇ ਕੋਈ ਚੈਲੰਜ ਮੈਨੂੰ ਕਰ ਸਕਦਾ, ਮੈਨੂੰ ਝੂਠਾ ਸਾਬਿਤ ਕਰੇ, ਅਤੇ ਮੈਂ ਆਪਣਾ ਮਤਲਬ ਐਕਸੈਪਟ ਕਰਾਂਗਾ ਕਿ ਮੈਂ ਗਲਤ ਬਿਆਨੀ ਕਰ ਗਿਆ। ਲੇਕਿਨ ਮੈਂ ਅੱਜ ਇਹ ਦੱਸ ਦਿੰਦਾ ਕਿ ਉਰਦੂ ਜਿਹੜੀ ਢਾਕਾ ਦੇ ਉੱਤੇ ਮਸ਼ਰਕੀ ਪਾਕਿਸਤਾਨ ਅਤੇ ਈਸਟ ਪਾਕਿਸਤਾਨ 'ਤੇ ਇੰਪੋਜ਼ ਕੀਤੀ, ਉਹਦੇ 'ਚ ਕਿਸੇ ਪੰਜਾਬੀ ਦਾ ਕੋਈ ਕਿਰਦਾਰ ਨਹੀਂ। ਕਹਾਣੀ ਸ਼ੁਰੂ ਹੋਈ ਮਾਰਚ ਵਿੱਚ ਕਰਾਚੀ ਵਿੱਚ, ਕੌਣ ਰੂਲ ਕਰ ਰਿਹਾ ਸੀ ਪਾਕਿਸਤਾਨ ਨੂੰ? ਸਾਰੇ ਜਿਹੜੇ ਇੰਡੀਆ ਤੋਂ ਮਾਈਗ੍ਰੇਟ ਕਰਕੇ ਆਏ ਸਨ, ਕਿਉਂਕਿ ਪੰਜਾਬੀ, ਸਿੰਧੀ, ਬਲੋਚ ਅਤੇ ਪਠਾਨ, ਦੇ ਆਰ ਨੋਟ ਪ੍ਰਿਪੇਅਰਡ। ਇਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਸਰਕਾਰ, ਗੌਰਮੈਂਟ ਕੀ ਹੁੰਦੀ ਹੈ। ਇਹ ਸਾਰਾ ਟ੍ਰੇਨਡ ਜਿੰਨਾ ਯੂਪੀ ਦੀ ਸਰਕਾਰ ਸੀ, ਸਿਵਲ ਸਰਵਿਸ ਸੀ, ਇੰਡੀਆ ਤੋਂ ਆਇਆ, ਆਪਣੀ ਲੈਂਗੁਏਜ ਨਾਲ ਲੈ ਕੇ ਆਏ। ਸੋ ਵਟ ਦੇ ਡਿਡ, ਇਹਨਾਂ ਨੇ ਜਨਾਬ ਉਰਦੂ ਨੂੰ ਇੰਪੋਜ਼ ਕਰਤਾ। ਇੱਥੇ ਤਾਂ ਖਾਮੋਸ਼ੀ ਹੋ ਗਈ, ਕਿਉਂਕਿ 100 ਸਾਲ ਤੋਂ ਪਹਿਲਾਂ ਤਾਂ ਪਾਕਿਸਤਾਨੀ ਪੰਜਾਬ ਦੀ ਜ਼ੁਬਾਨ ਉਰਦੂ ਬਣਾ ਚੁੱਕੇ ਸਨ। ਕੋਲੋਨੀਅਲਿਜ਼ਮ, ਇੰਪੀਰੀਅਲਿਜ਼ਮ ਦੀ ਗੁਲਾਮੀ 'ਚ ਪੰਜਾਬ ਦੇ ਜਿਹੜਾ 100 ਸਾਲ ਗੁਜ਼ਰੇ, ਉਹਦੇ ਵਿੱਚ ਪੰਜਾਬ ਦੀ ਜ਼ੁਬਾਨ ਬਦਲੀ ਗਈ, ਸ਼ਿਕਾਰ ਸੀ ਪੰਜਾਬੀ। ਅੱਛਾ ਜਨਾਬ, ਢਾਕਾ ਵਿੱਚ ਇਹਨਾਂ ਨੇ ਉਹ ਕੀਤਾ, ਇੰਪੋਜ਼ ਕੀਤਾ, ਪਤਾ ਕੀ ਕੀਤਾ, ਕਰੰਸੀ ਨੋਟਾਂ ਤੋਂ ਬੰਗਾਲੀ ਜ਼ੁਬਾਨ ਹਟਾ ਦਿੱਤੀ। ਜਿਹੜੇ ਨੇਵੀ ਦੇ ਐਗਜ਼ਾਮ ਹੁੰਦੇ ਸਨ, ਆਰਮੀ ਦੇ ਐਗਜ਼ਾਮ ਹੁੰਦੇ ਸਨ, ਉਹਦੇ 'ਚੋਂ ਬੰਗਾਲੀ ਜ਼ੁਬਾਨ ਖਤਮ ਕਰਤੀ। ਅੱਛਾ, ਕਰੰਸੀ ਨੋਟਾਂ ਤੋਂ ਉਹਨਾਂ ਦੀ ਜ਼ੁਬਾਨ ਖਤਮ ਕਰਤੀ। ਉਸ ਤੋਂ ਬਾਅਦ ਕਿਹਾ ਕਿ ਇੱਥੇ ਹੀ ਬਸ ਨਹੀਂ ਕੀਤੀ, ਕਹਿਣ ਲੱਗੇ ਜੀ ਇਹਦਾ ਸਕ੍ਰਿਪਟ ਵੀ ਅਰਬੀ ਕਰ ਦਿਓ। ਮਤਲਬ ਬੰਗਾਲੀ ਜ਼ੁਬਾਨ ਨੂੰ ਮੁਸਲਮਾਨ ਕਰਨ ਲੱਗੇ ਸਨ, ਉਹਨਾਂ ਮੁਸਲਮਾਨਾਂ ਨੂੰ ਜਿਨ੍ਹਾਂ ਨੇ ਆਪਣਾ ਦੇਸ਼ ਬੰਗਲਾਦੇਸ਼ ਚੀਰ ਕੇ, ਆਪਣਾ ਬੰਗਾਲ ਚੀਰ ਕੇ ਮੁਸਲਮਾਨ ਹੋਣ ਦੀ ਵਜ੍ਹਾ ਤੋਂ ਪਾਕਿਸਤਾਨ ਸ਼ਾਮਿਲ ਹੋਏ। ਠੀਕ ਹੈ ਜਨਾਬ, ਇਹਦੇ ਵਿੱਚ ਇਹ ਹੋਇਆ ਕਿ ਇਹਨਾਂ ਨੇ ਆਪਣਾ ਸਾਰਾ ਕੁਝ, ਅੱਛਾ ਸਕੂਲਾਂ ਵਿੱਚ ਹਟਾ ਦਿੱਤੀ, ਅੱਛਾ ਡਾਕ ਦੇ ਟਿਕਟ ਤੱਕ ਜਿਹੜੇ ਨੇ ਉਹ ਬਦਲੀ ਕਰਕੇ ਉਰਦੂ 'ਚ ਕਰਤੇ। ਰਿਜੈਂਟਮੈਂਟ ਲਾਜ਼ਮੀ ਸੀ ਬੰਗਾਲੀਆਂ ਨੇ ਕਿ ਇਹ ਸਾਡੇ ਨਾਲ ਕੀ ਹੋਇਆ, ਮਤਲਬ ਅਜੇ ਪਾਕਿਸਤਾਨ ਸ਼ੁਰੂ ਨੂੰ ਹੋਇਆ ਸਾਡੀ ਜ਼ੁਬਾਨ ਖੋ ਰਹੇ ਨੇ, ਉਹਦੀ ਰਿਜੈਂਟਮੈਂਟ ਸ਼ੁਰੂ ਹੋਈ ਜਨਾਬ। 11 ਮਾਰਚ 1948 ਨੂੰ ਢਾਕਾ ਯੂਨੀਵਰਸਿਟੀ 'ਚ ਬੰਗਾਲੀ ਸਟੂਡੈਂਟਸ ਬਾਹਰ ਨਿਕਲੇ, ਉਹਦੇ ਵਿੱਚ ਸ਼ੇਖ ਮੁਜੀਬੁਰ ਰਹਿਮਾਨ ਵੀ ਸ਼ਾਮਿਲ ਸੀ। ਇਹ ਮਾਮਲਾ ਵੱਧਦਾ ਗਿਆ। ਕਮਿੰਗ ਟੂ ਦਾ ਪੁਆਇੰਟ, ਸ਼ੋਰਟ ਕਰਕੇ ਮੈਂ ਗੱਲ ਦੱਸਾਂ, ਕਾਇਦ ਆਜ਼ਮ ਮੁਹੰਮਦ ਅਲੀ ਜਿਨਾ 19 ਮਾਰਚ 1948 ਨੂੰ ਢਾਕਾ ਗਏ, ਢਾਕਾ ਯੂਨੀਵਰਸਿਟੀ 'ਚ ਸਪੀਚ ਕੀਤੀ। ਉੱਥੇ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੀ ਜ਼ੁਬਾਨ ਸਿਰਫ ਅਤੇ ਸਿਰਫ ਉਰਦੂ ਹੋਏਗੀ। ਨਾਲ ਉਹਨਾਂ ਨੇ ਉਹ ਵੀ ਯੂਜ਼ ਕੀਤਾ ਜਿਹਨੂੰ ਹਾਈਲਾਈਟ ਨਹੀਂ ਕੀਤਾ ਜਾਂਦਾ, ਲਿੰਗ ਆਫ ਰੰਕਾ, ਰਾਬਤੇ ਦੀ ਜ਼ੁਬਾਨ ਵੀ ਉਰਦੂ ਹੋਏਗੀ। ਇੱਥੋਂ ਤੱਕ ਤੁਸੀਂ ਦੇਖ ਲਿਆ, ਕੋਈ ਪੰਜਾਬੀ ਇਨਵੋਲਵ ਨਹੀਂ। ਮੈਂ ਉਹਦੇ 'ਚ ਨਾ ਇੱਕ ਗੱਲ ਦਾ ਇਜ਼ਾਫਾ ਕਰਾਂਗਾ। ਹਾਂਜੀ, ਇਹਦੇ ਵਿੱਚ ਮਜ਼ੇ ਦੀ ਗੱਲ ਹੈ ਕਿ ਮਿਸਟਰ ਜਿਨਾਹ ਨੇ ਜਦੋਂ 19 ਮਾਰਚ 1948 ਨੂੰ ਕਿਹਾ ਜੀ ਜੀ ਕਿ ਪਾਕਿਸਤਾਨ ਦੀ ਜਿਹੜੀ ਜ਼ੁਬਾਨ ਹੈ ਹਾਂਜੀ ਉਹ ਉਰਦੂ ਹੋਵੇਗੀ, ਹਾਂਜੀ ਉਹ ਮੁਹਾਜਰ ਵੀ ਨਹੀਂ ਸਨ, ਉਰਦੂ ਸਪੀਕਿੰਗ ਵੀ ਨਹੀਂ ਸਨ, ਉਰਦੂ ਬੋਲ ਵੀ ਨਹੀਂ ਸਕਦੇ ਸਨ, ਉਹ ਬੁਨਿਆਦੀ ਤੌਰ ਤੇ ਮਰਾਠੀ ਸਨ। ਮਰਾਠੀ ਸਨ, ਠੀਕ ਹੈ ਨਾ ਜੀ, ਵੈਰੀ ਟਰੂ। ਅੱਛਾ, ਉਹਨਾਂ ਨੇ, ਤੁਸੀਂ ਜ਼ਰਾ ਵੇਖੋ, ਹਾਂਜੀ ਮਤਲਬ ਪੰਜਾਬੀਆਂ ਨੇ ਤਾਂ ਹੱਥ ਨਾ ਕੀਤਾ। ਮੈਂ ਤੁਹਾਨੂੰ ਹੁਣ ਮੈਂ ਤੁਹਾਨੂੰ ਤੁਸੀਂ ਨਿਤਾਰੇ ਦੀ ਗੱਲ ਕੀਤੀ, ਮੈਂ ਉਹਦੇ ਜ਼ਰਾ ਦੋ ਹਰਫ ਸ਼ਾਮਿਲ ਕਰਨਾ। ਜੀ 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 ਜੀ, ਮਰਾਠੀ ਆਦਮੀ ਅੰਗਰੇਜ਼ੀ ਬੋਲਦਾ, ਹਾਂਜੀ ਉਰਦੂ ਬੋਲ ਨਹੀਂ ਸਕਦਾ ਸੀ, ਹਾਂਜੀ ਠੀਕ ਹੈ ਨਾ ਜੀ, ਜਿਹੜਾ ਫਾਊਂਡਰ ਸੀ ਉਹਨੇ ਕਿਹਾ ਕਿ ਉਰਦੂ ਹੋਵੇਗੀ, ਹਾਂਜੀ ਕਿਸੇ ਮਹਾਜਰ ਨੇ ਤਾਂ ਨਹੀਂ ਕਿਹਾ ਸੀ ਨਾ। ਪਾਕਿਸਤਾਨ ਦਾ ਪਹਿਲਾ ਫੋਰਨ ਮਿਨਿਸਟਰ ਪੱਕਾ ਪੰਜਾਬੀ ਸਰ ਜ਼ਫਰੁੱਲਾ ਖਾਨ ਜੀ, ਸਭ ਨਾਲ ਇਨਫਲੂਐਂਸ਼ੀਅਲ ਆਦਮੀ, ਰਾਈਟ, ਵੈਰੀ ਕਲੋਜ਼ ਟੂ ਗਵਰਨਰ ਜਨਰਲ ਮਿਸਟਰ ਜਨਾਹ ਐਟ ਦ ਟਾਈਮ, ਹਾਂਜੀ ਫਸਟ ਫੋਰਨ ਮਿਨਿਸਟਰ ਆਫ ਪਾਕਿਸਤਾਨ ਪੱਕਾ ਪੰਜਾਬੀ। ਜੀ 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 ਬਿਲਕੁਲ ਠੀਕ ਹੈ, ਤੁਸੀਂ ਗੱਲ ਕਹੀ ਹੈ ਕਿ ਉਹ ਜਿਹੜੇ ਉਧਰੋਂ ਆਏ ਮਾਜਰ ਆਏ ਉਹਨਾਂ ਨੇ ਆਏ। ਅੱਛਾ, ਮੈਂ ਤੁਹਾਨੂੰ ਦੱਸ ਰਿਹਾ ਕਿ ਕਿਵੇਂ ਰੋਲ ਸੀ। ਹਾਂਜੀ, ਹੁਣ ਪੰਜਾਬੀ ਆਦਮੀ ਹੈ, ਹਾਂਜੀ ਫੋਰਨ ਮਿਨਿਸਟਰ ਹੈ ਉਹ, ਹਾਂਜੀ ਉਸ ਤੋਂ ਬਾਅਦ ਫਤਿਹ ਮੁਹੰਮਦ ਮਲਿਕ ਸਾਹਿਬ,
ਜਨਰਲ ਫਤਿਹ ਮੁਹੰਮਦ ਮਾਲਕ ਸਾਹਿਬ, ਹਾਂਜੀ, ਪੰਜਾਬੀ ਨਹੀਂ ਨਹੀਂ, ਅਸੀਂ ਦੂਜੇ ਪਾਸੇ ਚਲੇ ਗਏ। ਮੈਂ ਹਕੂਮਤ ਦੀ ਗੱਲ ਕਰ ਰਿਹਾ, ਮੈਂ ਫੈਸਲੇ ਹਕੂਮਤ ਕਰਦੀ, ਵਜ਼ੀਰ ਆਜ਼ਮ ਲਿਆਕਤ ਅਲੀ ਖਾਨ ਸੀ। ਮੈਂ ਸਮਝਣਾ, ਹਾਂਜੀ, ਵਜ਼ੀਰ ਆਜ਼ਮ ਤਾਂ ਲਿਆਕਤ ਅਲੀ ਖਾਨ ਸੀ। ਕਿਆ ਵਜ਼ੀਰ ਆਜ਼ਮ ਲਿਆਕਤ ਅਲੀ ਖਾਨ ਨੇ ਜਾ ਕੇ ਤਾਂ ਨਹੀਂ ਉੱਥੇ ਕਿਹਾ? ਕਰਾਚੀ 'ਚ ਫੈਸਲਾ ਹੋ ਚੁੱਕਿਆ ਸੀ, ਮੈਂ ਸਮਝ ਗਿਆ ਤੁਹਾਡੀ ਗੱਲ ਹੋ ਚੁੱਕੀ ਸੀ। ਲੇਕਿਨ ਕਿਆ ਬਾਨੀਏ ਪਾਕਿਸਤਾਨ, ਹਾਂਜੀ ਹਾਂਜੀ, ਉਸ ਤੋਂ ਵੱਡਾ ਟਾਈਟਲ ਰੱਖਣ ਵਾਲੇ, ਹਾਂਜੀ, ਕਿਆ ਗਵਰਨਰ ਜਨਰਲ, ਹਾਂਜੀ, ਜਿਹੜੇ ਨੇ ਉਹ ਕਹਿ ਨਹੀਂ ਸਕਦੇ ਸਨ ਕਿ ਯਾਰ ਮੇਰੀ ਤਾਂ ਆਪਣੀ ਜ਼ਬਾਨ ਕੋਈ ਹੋ ਰਹੀ ਹੈ। ਇਹ ਕਨਫਿਊਜ਼ਨ ਹੈਗਾ, ਅਸੀਂ ਅੱਗੇ ਥੋੜ੍ਹਾ ਜਿਹਾ ਚੱਲੇ ਹਾਂ। ਇਹ ਹੋਇਆ, ਤੁਹਾਡਾ ਪੁਆਇੰਟ ਵੈਲਿਡ ਹੈਗਾ ਕਿ ਪੰਜਾਬੀ ਮੌਜੂਦ ਸਨ। ਮੈਂ ਤੁਹਾਨੂੰ ਇਹ ਵੀ ਵਜ਼ਾਤ ਕਰਦਾ, ਜਦੋਂ ਮਹਾਜਰਾਂ ਦਾ ਜਿਹੜਾ ਅਸਰ ਰਸੂਖ ਵਧਿਆ ਨਾ, ਹਾਂਜੀ, ਉਹ ਪਹਿਲੇ ਸਾਲ 'ਚ ਨਹੀਂ ਵਧਿਆ ਪਾਕਿਸਤਾਨ ਦੇ ਉੱਤੇ, ਉਹ ਚੁੱਕ ਗ੍ਰੈਜੂਅਲੀ ਆਉਂਦੇ ਰਹਿ ਗਏ, ਹਾਂਜੀ, ਠੀਕ ਹੈ। ਲਿਆਕਤ ਅਲੀ ਖਾਨ ਜ਼ਰੂਰ ਸਨ, ਜੀ ਜੀ, ਉਹਨਾਂ ਦਾ ਅਸਰ ਰਸੂਖ ਵਧਿਆ ਗਵਰਨਮੈਂਟ ਦੇ ਅਮੂਰ ਵਿੱਚ, ਹਾਂਜੀ, ਆਈ ਵੁੱਡ ਸੇ 50s ਤੋਂ ਬਾਅਦ। ਅੱਛਾ, ਠੀਕ, ਅਸੀਂ ਆਪਣੇ ਸ਼ੋਅ ਵੱਲ ਜਾਂਦੇ ਹਾਂ। ਇਹ ਵੈਸੇ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਸ਼ੇਅਰ ਕਰਤੀ। ਉਸ ਤੋਂ ਬਾਅਦ ਜਦੋਂ ਜਿਨਾਹ ਸਾਹਿਬ ਨੇ ਸਟੇਟਮੈਂਟ ਦੇ ਦਿੱਤੀ ਕਿ ਇਹ ਹੋਏਗਾ, ਬਿਲਕੁਲ, ਉਹਦਾ ਰਿਐਕਸ਼ਨ ਹੋਇਆ, ਠੀਕ ਹੈ ਜਨਾਬ, ਉਹ ਹੌਲੀ ਹੌਲੀ ਗੱਲ ਚੱਲਦੀ ਰਹੀ। ਇੱਧਰੋਂ ਜਿਹੜੀ ਫੈਡਰਲ ਗਵਰਨਮੈਂਟ ਸੀ, ਇਹਨਾਂ ਨੇ ਇੰਪਲੀਮੈਂਟ ਕਰਤੀ ਕਿ ਜੀ ਇਹਨੂੰ ਖਤਮ ਕਰੋ, ਅਤੇ ਬੰਗਾਲ ਦੀ ਜ਼ਬਾਨ ਵੀ ਇਹਨਾਂ ਨੇ ਉਰਦੂ ਕਰਤੀ। ਉਸ ਤੋਂ ਬਾਅਦ ਰਿਜੈਂਟਮੈਂਟ, ਇਹ ਮੂਵਮੈਂਟ ਚੱਲ ਪਈ। ਢਾਕਾ ਯੂਨੀਵਰਸਿਟੀ 'ਚ ਸਟੂਡੈਂਟਸ ਨੇ ਬੰਗਾਲੀ ਲੈਂਗੁਏਜ ਮੂਵਮੈਂਟ ਔਰਗਨਾਈਜ਼ ਕੀਤੀ। 21 ਫਰਵਰੀ, ਮਤਲਬ ਜਿਹੜਾ ਇਹ ਸਾਨਿਆ, 21 ਫਰਵਰੀ 1952 ਵਿੱਚ ਢਾਕਾ ਯੂਨੀਵਰਸਿਟੀ 'ਚ ਜਲੂਸ ਨਿਕਲਿਆ ਕਿ ਬੰਗਾਲੀ ਜ਼ੁਬਾਨ ਨੂੰ ਹੱਕ ਦਿਓ। ਬੰਗਾਲੀ ਲੈਂਗੁਏਜ ਮੂਵਮੈਂਟ ਔਰਗਨਾਈਜ਼ ਕਰਨ ਵਾਲੇ ਸਟੂਡੈਂਟਸ ਹਨ ਕਿ ਇਹਨੂੰ ਹੱਕ ਦਿਓ, ਅਤੇ ਸਾਡੀ ਜ਼ੁਬਾਨ ਜਿਹੜੀ ਹੈ ਸਾਨੂੰ ਪੜ੍ਹਨ ਦਿਓ, ਇੱਥੇ ਸਰਕਾਰੀ ਦਫਤਰੀ ਤਾਲੀਮੀ ਜ਼ੁਬਾਨ ਬਣਾਓ। ਉਹਨੂੰ ਹਕੂਮਤ ਨੇ ਮੰਨਣ ਤੋਂ ਇਨਕਾਰ ਕਰਤਾ। ਈਸਟ ਪਾਕਿਸਤਾਨ ਦੀ ਪੁਲਿਸ ਨੂੰ, ਜਿਹੜੀ ਸਾਰੀ ਬੰਗਾਲੀ ਪੁਲਿਸ ਸੀ, ਉਹਦੇ ਪੁਲਿਸ ਵਾਲਿਆਂ ਨੇ ਗੋਲੀ ਚਲਾਈ ਸੀ। ਪੁਲਿਸ ਵਾਲਿਆਂ ਦੇ ਨਾਂ ਵੀ ਮੌਜੂਦ ਨੇ, ਉਹਨਾਂ ਪੁਲਿਸ ਵਾਲਿਆਂ 'ਚ ਕੋਈ ਪੰਜਾਬੀ ਨਹੀਂ ਸੀ, ਠੀਕ। ਉਹ ਬੰਦੇ ਉਹਨਾਂ ਨੇ ਮਾਰਤੇ। ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਪੰਜਾਬੀ ਪੁਲਿਸ ਨੇ, ਉਹ ਪੰਜਾਬੀ ਫੌਜ ਨੇ ਕੀਤਾ। ਇਹ ਜਦੋਂ ਢਾਕਾ ਵਿੱਚ ਐਕਸ਼ਨ ਹੋਇਆ ਅਤੇ ਜਿਹੜਾ ਸ਼ਹੀਦ ਮੀਨਾਰ ਸੀ, ਉਦੋਂ ਫੌਜ ਨੇ ਇਹ ਗਿਰਾਇਆ ਮੀਨਾਰ। ਇਹ ਉਹ ਕਹਾਣੀ ਜੇ ਰਾਈਟ, ਇਹਨਾਂ ਨੇ ਗਿਰਾ ਦਿੱਤਾ ਸੀ ਉਹ ਜਿਹੜਾ ਸ਼ਹੀਦ ਮੀਨਾਰ ਉਹਨੇ ਬਣਾਇਆ ਸੀ। ਅੱਛਾ ਜਨਾਬ, ਇਹ ਜਦੋਂ ਬਣ ਗਿਆ ਉੱਥੇ, 21 ਫਰਵਰੀ ਦਾ ਹੋ ਗਿਆ, ਬੰਦੇ ਸ਼ਹੀਦ ਹੋ ਗਏ। ਮੈਂ ਅੱਗੇ ਜਾ ਰਿਹਾ, ਠੀਕ, ਅਸੀਂ ਚਾਹ ਰਹੇ ਹਾਂ ਕਿ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਜਿਹੜਾ ਹੈਗਾ, ਇਹ ਕਿਉਂ ਮਨਾਇਆ ਜਾਂਦਾ? ਇਹਦੇ ਵਿੱਚੋਂ ਜਨਮ ਲਿਆ ਬੰਗਾਲੀ ਲੈਂਗੁਏਜ ਰਾਈਟਸ ਮੂਵਮੈਂਟ ਜਿਹੜੀ ਹੈ, ਇਹਦੇ ਵਿੱਚੋਂ ਜਨਮ ਲਿਆ ਬੰਗਾਲੀ ਕੌਮਪ੍ਰਸਤੀ ਦੇ। ਇਹਦੇ ਨਾਲ ਅਟੈਚ ਸੀ ਸ਼ੇਖ ਮੁਜੀਬੁਰ ਰਹਿਮਾਨ, ਉਸੇ ਜ਼ਮਾਨੇ 'ਚ ਇੱਕ ਵਾਰੀ ਜੇਲ੍ਹ ਵੀ ਗਿਆ ਜਦੋਂ ਇਹ ਢਾਕਾ ਯੂਨੀਵਰਸਿਟੀ ਮੁਜ਼ਾਹਰਾ ਹੋ ਗਿਆ। ਉਹ ਇਤਫਾਕ ਨਾਲ ਗੋਲੀਆਂ ਦੀ ਜ਼ਦ 'ਚ ਨਹੀਂ ਆਇਆ, ਠੀਕ ਹੈ। ਜਦੋਂ ਇਹਨਾਂ ਨੇ ਇਸ ਮਾਮਲੇ ਨੂੰ ਇੱਥੋਂ ਤੱਕ ਲੈ ਆਉਂਦਾ, ਹੁਣ ਤੁਸੀਂ ਅੱਗੇ ਆ ਜਾਓ ਕਿ ਬੰਗਾਲ ਵਿੱਚ, ਮਸ਼ਰਕੀ ਪਾਕਿਸਤਾਨ ਵਿੱਚ, ਈਸਟ ਪਾਕਿਸਤਾਨ ਵਿੱਚ ਮੋਢ ਰੱਖ ਦਿੱਤਾ ਬੰਗਾਲੀ ਲੈਂਗੁਏਜ ਮੂਵਮੈਂਟ ਨੇ ਬੰਗਾਲੀ ਕੌਮਪ੍ਰਸਤੀ ਦਾ। ਇਹ ਚੱਲਦੀ ਰਹੀ ਗੱਲ, ਅੱਗੇ ਰੁਕੀ ਨਹੀਂ। ਉਹਨਾਂ ਨੂੰ ਪਤਾ ਲੱਗਾ ਕਿ ਸਾਡੀ 56% ਪਾਪੂਲੇਸ਼ਨ ਨੂੰ, ਅਕਸਰੀਅਤੀ ਆਬਾਦੀ, ਅੱਜ ਪੰਜਾਬ ਵੀ 60% 55% ਹੈਗਾ, ਬੰਗਲਾਦੇਸ਼, ਈਸਟ ਪਾਕਿਸਤਾਨ ਵੀ 55% ਸੀ, ਉਹਦੀ ਜ਼ੁਬਾਨ ਵੀ ਖੋਏਗੀ, ਇਹਦੀ ਜ਼ੁਬਾਨ ਵੀ ਖਤਮ ਕੀਤੀ ਜਾ ਰਹੀ। ਮੈਂ ਬੰਗਾਲ ਅਤੇ ਇਹਦਾ ਪੰਜਾਬ ਦਾ ਕੰਪੈਰੀਜ਼ਨ ਕਰ ਰਿਹਾ, ਕੋਈ ਫਰਕ ਨਹੀਂ ਹੈਗਾ, ਸੇਮ ਹਿਸਟਰੀ ਰਿਪੀਟ ਹੋ ਰਹੀ। ਉੱਥੇ ਪੰਜਾਬੀ ਕੌਮਪ੍ਰਸਤੀ ਦੀ, ਬੰਗਾਲੀ ਕੌਮਪ੍ਰਸਤੀ ਦੀ ਤਹਿਰੀਕ ਔਰਗਨਾਈਜ਼ ਹੋਈ, ਬੰਗਾਲੀ ਕੌਮਪ੍ਰਸਤੀ ਨੇ, ਇੱਕ ਲੈਂਗੁਏਜ ਨੇ, ਇੱਕ ਜ਼ੁਬਾਨ ਨੇ ਇਹ ਕੀਤਾ ਕਿ ਇੱਕ ਅਲੈਦਗੀ ਦੀ ਤਹਿਰੀਕ ਦੀ ਬੁਨਿਆਦ ਰੱਖੀ। ਅਲੈਦਗੀ ਦੀ ਤਹਿਰੀਕ ਦੇ ਪਿੱਛੇ ਬੰਗਾਲੀ ਲੈਂਗੁਏਜ ਮੂਵਮੈਂਟ ਸੀ, ਉਹਦਾ ਫਲਸਫਾ ਸੀ ਕਿ ਸਾਡੇ ਹੱਕ ਗਸਬ ਹੋ ਰਹੇ ਨੇ। ਉਹਨਾਂ ਨੇ ਸ਼ੌਰ ਦਿੱਤਾ, ਕੌਮਪ੍ਰਸਤੀ ਪੈਦਾ ਕੀਤੀ। ਅਲਟੀਮੇਟਲੀ 16 ਦਸੰਬਰ 1971 ਨੂੰ ਇਹੀ ਜ਼ੁਬਾਨ ਦਾ ਝਗੜਾ, ਜਿਹੜਾ ਬੰਗਾਲੀ ਲੈਂਗੁਏਜ ਦਾ, ਜਿਹੜਾ ਉਰਦੂ ਅਤੇ ਉਰਦੂ ਲਿਸਾਨੀ ਬੰਗਾਲੀ, ਉਰਦੂ ਬੰਗਾਲੀ ਲਿਸਾਨੀ ਤਨਾਜ਼ਾ ਸੀ, ਇਹ ਖਤਮ ਹੋਇਆ, ਇਹ ਮੁੱਕਿਆ ਕਿ ਪਾਕਿਸਤਾਨ ਟੁੱਟਣ 'ਤੇ। ਸੋ ਮੈਂ ਜੋੜ ਰਿਹਾ ਸਾਂ ਤਲਕ ਕਿ ਲੈਂਗੁਏਜ ਮੂਵਮੈਂਟ ਦਾ, ਲੈਂਗੁਏਜ ਮੂਵਮੈਂਟ ਦਾ ਕੌਮਪ੍ਰਸਤੀ ਦੇ ਨਾਲ ਚੋਲੀ ਦਾਮਨ ਦਾ ਸਾਥ ਹੈ। ਇਹ ਵਾਹਿਦ ਤਹਿਰੀਕ ਹੈ, ਲਿੰਗੁਇਸਟਿਕ ਤਹਿਰੀਕ ਹੈ ਦੁਨੀਆ ਦੀ ਤਾਰੀਖ 'ਚ। ਬੰਗਾਲੀ ਲੈਂਗੁਏਜ ਮੂਵਮੈਂਟ, ਲਿਸਾਨੀ ਤਹਿਰੀਕ ਕਿੰਨੀ ਅਹਿਮੀਅਤ ਰੱਖਦੀ ਕੌਮਪ੍ਰਸਤੀ ਦੇ ਹਵਾਲੇ ਨਾਲ, ਕਿ ਇਹਨੇ ਇੱਕ ਮੁਲਕ, ਇੱਕ ਸਟੇਟ ਤਖਲੀਕ ਕਰ ਦਿੱਤੀ। ਪਾਕਿਸਤਾਨ ਖਤਮ ਹੋ ਗਿਆ ਸਕੂਤੇ ਢਾਕਾ ਦੇ ਨਾਲ, ਸਕੂਤੇ ਦੋ ਨਜ਼ਰੀਆ, ਦੋ ਕੌਮੀ ਨਜ਼ਰੀਆ ਵੀ ਹੋ ਗਿਆ। ਅਸੀਂ ਇਸ ਨੂੰ ਇੱਥੇ ਰੱਖ ਕੇ ਹੁਣ, ਉਸ ਤੋਂ ਬਾਅਦ ਜਨਾਬ, ਇਹ ਆਪਣਾ 1999 'ਚ ਅਕਵਾਮੇ ਮੁਤਹਿਦਾ ਨੇ ਇਹਨੂੰ ਯੂਨੈਸਕੋ ਨੂੰ ਇੱਕ ਆਲਮੀ ਮਾਮੂਲੀ ਦਿਹਾੜ ਬਣਾ ਦਿੱਤਾ। 2000 ਤੋਂ ਇਹ ਸ਼ੁਰੂ ਹੋਇਆ। ਪੰਜਾਬੀਆਂ ਦੀ ਬੇਬਸੀ ਵੇਖੋ ਕਿ ਉਹੀ ਉਹੀ ਈਸਟ ਪਾਕਿਸਤਾਨ ਜਿਹਦੀ ਜ਼ੁਬਾਨ ਨੂੰ ਖਤਮ ਕਰਨਾ ਚਾਹੁੰਦੇ ਸਨ, ਅੱਜ ਆਪ, ਅੱਜ ਇਸ ਵੇਲੇ, ਅੱਜ ਜੋ ਮੈਂ ਜਿਸ ਵੇਲੇ ਗੱਲ ਕਰ ਰਿਹਾ, ਪੂਰੇ ਪੰਜਾਬ ਵਿੱਚ 21 ਮਾਰਚ 2020 ਨੂੰ ਤਕਰੀਬਨ ਪੰਜਾਬ ਦੇ ਹਰ ਵੱਡੇ ਸ਼ਹਿਰ ਵਿੱਚ ਪੰਜਾਬੀ ਲੈਂਗੁਏਜ ਮੂਵਮੈਂਟ, ਬੇਸ਼ੱਕ ਮੁਖਤਲਿਫ ਤਨਜ਼ੀਮਾਂ ਨੇ, ਬਹੁਤ ਸਾਰੀਆਂ ਤਨਜ਼ੀਮਾਂ ਨੇ, ਲੇਕਿਨ ਓਵਰਆਲ
ਅੰਬਰੇਲਾ ਨਾ ਉਹਦਾ ਕੀ ਹੈ ਕਿ ਬੇਸਿਕਲੀ ਇਹ ਸਾਰੀ ਪੰਜਾਬੀ ਲੈਂਗੁਏਜ ਮੂਵਮੈਂਟ ਹੈਗੀ ਹੈ। ਪੂਰੇ ਪੰਜਾਬ 'ਚ ਸਿਰਫ ਪੰਜਾਬੀ ਲੈਂਗੁਏਜ ਮੂਵਮੈਂਟ ਔਰਗਨਾਈਜ਼ ਹੋ ਚੁੱਕੀ। ਮੈਂ ਅਰਜ਼ ਇਹ ਕਰ ਰਿਹਾ ਸਾਂ ਕਿ ਜਦੋਂ ਅਕਵਾਮ ਮੁਤਹਿਦਾ ਨੇ ਇਸ ਨੂੰ ਐਗਰੀ ਕਰ ਲਿਆ ਤਾਂ ਇਹ ਜਨਾਬ ਸਾਰੀ ਦੁਨੀਆ 'ਚ ਦਿਨ ਮਨਾਇਆ ਜਾ ਰਿਹਾ ਕਿ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਵਾਸਤੇ ਕੁਰਬਾਨੀ ਦਿੱਤੀ, ਉਹ ਆਪਣਾ ਉਹਨਾਂ ਨੇ ਉਹਨਾਂ ਨੂੰ ਇਹਤਰਾਮ ਦਿੱਤਾ, ਉਹਨਾਂ ਨੂੰ ਮਾਣ ਦਿੱਤਾ। ਹੁਣ ਅਸੀਂ ਆਪਣੀ ਗੱਲ ਦੇ ਦੂਜੇ ਮਰਹਲੇ ਵੱਲ ਆਉਂਦੇ ਹਾਂ ਕਿ ਪੰਜਾਬ ਅਤੇ ਬੰਗਾਲ ਦੀ ਮਮਾਸਲਤ ਕੀ ਹੈ। ਇਹਦੇ ਉੱਤੇ ਮੈਨੂੰ ਥੋੜ੍ਹੀ ਤੁਹਾਡੀ ਵੀ ਚਾਹੀਦੀ ਹੋਏਗੀ ਕੰਟਰੀਬਿਊਸ਼ਨ, ਤਾਂ ਕਿ ਇਹ ਮਾਮਲਾ ਜ਼ਰਾ ਅਸੀਂ ਖੁੱਲ੍ਹ ਕੇ ਇਸ 'ਤੇ ਗੱਲ ਕਰ ਸਕੀਏ। ਦੋ ਸੂਬੇ ਵੱਡੇ ਸੂਬੇ ਸਨ, ਦੋਨਾਂ ਨੂੰ ਤਕਸੀਮ ਕੀਤਾ ਗਿਆ, ਚੀਰਿਆ ਪਾੜਿਆ ਗਿਆ। ਇੱਥੇ ਖੂਨ ਖਰਾਬਾ ਹੋਇਆ, ਹੋਲੋਕਾਸਟ ਹੋਇਆ, ਉੱਥੇ ਜ਼ਰਾ ਕੰਮ ਹੋਇਆ। ਉਹਨਾਂ ਨੇ ਆਪਣੀ ਜ਼ੁਬਾਨ ਲੈ ਲਈ, ਆਪਣੀ ਜ਼ੁਬਾਨ ਕਲਚਰ ਬਚਾਉਣ ਵਾਸਤੇ ਉਹ ਮੁਲਕ ਤੋੜ ਕੇ ਵੱਖਰੇ ਹੋ ਗਏ। ਅਸੀਂ ਪੰਜਾਬੀਆਂ ਨੇ ਇਹ ਕੀਤਾ ਕਿ ਆਪਣੀ ਜ਼ੁਬਾਨ ਨੂੰ ਖਤਮ ਕਰ ਰਹੇ ਨੇ, ਆਪਣਾ ਪੰਜਾਬ ਖਤਮ ਕਰ ਰਹੇ ਨੇ। ਤੁਸੀਂ ਸੋਚ ਸਕਦੇ ਹੋ ਕਿ ਪੰਜਾਬ ਅਸੈਂਬਲੀ, ਪੰਜਾਬ ਅਸੈਂਬਲੀ ਦੇ ਵਿੱਚ ਪੰਜਾਬੀ ਮੈਂਬਰਾਨ ਇੰਨੇ ਗੱਦਾਰ ਨੇ, ਇੰਨੇ ਪੰਜਾਬ ਫਰੋਸ਼ ਨੇ, ਇੰਨੇ ਬੇਜ਼ਬੀਰ ਨੇ, ਇੰਨੇ ਬੇਹਿੱਸ ਨੇ ਕਿ ਪੰਜਾਬ ਅਸੈਂਬਲੀ ਪੰਜਾਬ ਦੀ ਵੰਡਦੀਆਂ ਕਰਾਰਦਾਦਾਂ ਪਾਸ ਕਰਦੀ ਹੈ ਅਤੇ ਨੂਨ ਲੀਗ, ਤਹਿਰੀਕੇ ਇਨਸਾਫ, ਜਮਾਤ ਇਸਲਾਮੀ, ਪੀਪਲਸ ਪਾਰਟੀ, ਕਾਫ ਲੀਗ, ਕਾਤਿਲ ਲੀਗ ਵਾਲੇ ਪੰਜਾਬੀ ਜਿਹੜੇ ਨੇ, ਇੱਕ ਹਕੀਰ ਜੀ ਛੋਟੀ ਜਿਹੀ ਅਕਲੀਅਤ ਨੇ, ਉਹ ਸਾਊਥ ਪੰਜਾਬ ਜਿਹੜੇ ਬਲੋਚ ਅਤੇ ਪਠਾਨ ਅਤੇ ਉਹ ਨੀਲੀ ਅਜਰਕ ਵਾਲੇ ਪਨਾਹਗੀਰ ਨੇ, ਸਿੰਧ ਹੈ, ਉਹ ਛੋਟੀ ਜਿਹੀ ਇੱਕ ਅਕਲੀਅਤ ਨੇ, ਸੈਟਲਰ ਨੇ। ਉਹਨਾਂ ਦੇ ਅੱਗੇ ਸਰੈਂਡਰ ਕਰਕੇ ਕਹਿੰਦੇ ਜੀ ਤੁਸੀਂ ਅੱਧਾ ਪੰਜਾਬ ਲੈ ਜਾਓ। ਮਤਲਬ ਤੁਸੀਂ ਪੰਜਾਬੀਆਂ ਦੀ ਪੰਜਾਬ ਫਰੋਸ਼ੀ ਦੀ ਹੱਦ ਵੇਖੋ ਕਿ ਪੰਜਾਬ ਦੀ ਤਕਸੀਮ ਦੀਆਂ ਤਿੰਨ ਦਿਨ ਟੋਟੇ ਕਰਕੇ ਅਤੇ ਉੱਥੇ ਮਿਠਾਈਆਂ ਵੰਡ ਕੇ ਖਾਂਦੇ ਨੇ। ਇਹ ਤਾਂ ਮੈਂ ਤੁਹਾਨੂੰ ਇੱਕ ਸਿਨੈਰੀਓ ਦਿੱਤਾ ਕਿ ਉੱਥੇ ਅਗਲਿਆਂ ਨੇ ਮੁਲਕ ਤੋੜ ਦਿੱਤਾ ਆਪਣੀ ਜ਼ੁਬਾਨ ਬਚਾਉਣ ਵਾਸਤੇ, ਇੱਥੇ ਕਹਿ ਰਹੇ ਨੇ। ਦੂਜੀ ਗੱਲ, ਇਹੀ ਪੰਜਾਬ ਅਸੈਂਬਲੀ ਪੰਜਾਬੀ ਜ਼ੁਬਾਨ ਨੂੰ ਖਤਮ ਕਰਨ ਵਾਸਤੇ ਉਰਦੂ ਨੂੰ ਪੰਜਾਬ ਦੀ ਸਰਕਾਰੀ ਦਫ਼ਤਰੀ ਤਾਲੀਮੀ ਜ਼ੁਬਾਨ ਬਣਾਉਣ ਦੀਆਂ ਕਰਾਰਦਾਦਾਂ ਮਨਜ਼ੂਰ ਕਰਦੀ ਹੈ। ਕਦੀ ਐਸਾ ਮਤਲਬ ਇਹ ਇੰਪੀਰੀਅਲਿਜ਼ਮ ਅਤੇ ਕੋਲੋਨੀਅਲਿਜ਼ਮ ਦੀ ਹੱਦ ਹੋ ਗਈ ਕਿ ਪੰਜਾਬੀ ਲੋਕ ਆਪਣੀ ਜ਼ੁਬਾਨ ਤੋਂ ਪਰੇ ਹਟ ਗਏ ਨੇ। ਹੁਣ ਇਹ ਮਤਲਬ ਪੰਜਾਬ ਅਸੈਂਬਲੀ ਸੁਧਰ ਨਹੀਂ ਰਹੀ, ਪੰਜਾਬ ਸਰਕਾਰ ਨਹੀਂ ਸਮਝ ਰਹੀ ਸੁਧਰ ਰਹੀ, ਫੈਡਰਲ ਰਿਆਸਤ ਜਿਹੜੀ ਹੈ ਪਾਕਿਸਤਾਨ ਸਰਕਾਰ ਨਹੀਂ ਸੁਧਰ ਰਹੀ। ਦੋ ਗੱਲਾਂ 'ਤੇ ਇਹਨੇ ਸਮਝੌਤਾ ਕੀਤਾ ਹੈ, ਜਿਹੜਾ ਮੈਂ ਨਤੀਜਾ ਕੱਢਿਆ ਪਿਛਲੇ  30-35 ਸਾਲ ਤੋਂ ਮੈਂ ਪੰਜਾਬੀ ਲੈਂਗੁਏਜ ਮੂਵਮੈਂਟ ਨਾਲ ਅਟੈਚ ਹੈਗਾ। ਪੰਜਾਬ ਦੀ ਸਲਮੀਅਤ ਜਿਹੜਾ ਮੇਰਾ ਮਰਕਜ਼ੀ ਮਤਲਬ ਇੱਕ ਮੇਰਾ ਇਸ਼ੂ ਹੈਗਾ ਅਤੇ ਮੈਂ ਉੱਤੇ ਮੂਵਮੈਂਟ ਚਲਾ ਰਿਹਾ। ਮੈਂ ਇੱਕ ਗੱਲ ਨੋਟ ਕੀਤੀ ਕਿ ਰਿਆਸਤ ਪਾਕਿਸਤਾਨ ਜਿਹੜੀ ਹੈ ਉਹ ਮੰਦੀ ਨਹੀਂ, ਉਹਨਾਂ ਦੀ ਨਜ਼ਰ ਰਿਆਸਤ ਪਾਕਿਸਤਾਨ ਦੀ ਨਜ਼ਰ ਵਿੱਚ ਨਾ ਪੰਜਾਬ ਹੈ, ਨਾ ਕੋਈ ਪੰਜਾਬੀ ਬੋਲਣ ਵਾਲਾ ਪੰਜਾਬ ਵਿੱਚ ਹੈ, ਨਾ ਪੰਜਾਬ ਦੀ ਜ਼ੁਬਾਨ ਪੰਜਾਬੀ ਹੈ। ਨਹੀਂ ਤਾਂ ਪੰਜਾਬ ਤਕਸੀਮ ਕਰਨ ਦੀਆਂ ਕਰਾਰਦਾਦਾਂ ਪਾਸ ਨਾ ਹੁੰਦੀਆਂ, ਪੰਜਾਬ ਦੀ ਜ਼ੁਬਾਨ ਉਰਦੂ ਬਣਾਉਣ ਦੀਆਂ ਕਰਾਰਦਾਦਾਂ ਪਾਸ ਨਾ ਹੁੰਦੀਆਂ, ਅਤੇ ਪੰਜਾਬੀ ਜ਼ੁਬਾਨ ਨੂੰ ਖਤਮ ਕਰਨ ਲਈ ਪੰਜਾਬ ਅਸੈਂਬਲੀ ਵਿੱਚ ਕਾਨੂੰਨ ਨਾ ਬਣਿਆ ਹੁੰਦਾ ਕਿ ਜਨਾਬ ਇੱਥੇ ਤੁਸੀਂ ਪੰਜਾਬੀ ਤਕਰੀਰ ਨਹੀਂ ਕਰ ਸਕਦੇ। ਠੀਕ ਹੋ ਗਿਆ। ਮੈਂ ਹੁਣ ਦੇਖੋ ਇਹਦੇ 'ਚ ਕੁਝ ਗੱਲਾਂ ਵਿੱਚ ਕਰਦਾ, ਤੁਸੀਂ ਬੜੀਆਂ ਸਹੀ ਗੱਲਾਂ ਕਰ ਰਹੇ ਜੇ। ਇੱਕ ਮੈਂ ਥੋੜ੍ਹੀ ਜਿਹੀ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਸੈਡਲੀ ਜਿਹੜਾ 47 ਦੇ ਵਿੱਚ ਹੋਲੋਕਾਸਟ ਹੋਇਆ ਪੰਜਾਬ ਦਾ ਮੇਨਲੀ, ਜੀ ਜੀ, ਮਤਲਬ ਮਿਲੀਅਨ ਤੋਂ ਜ਼ਿਆਦਾ ਬੰਦੇ ਮਾਰੇ ਗਏ, ਹਾਂਜੀ, ਔਰ ਬੰਗਾਲ ਦੇ ਵਿੱਚ ਵੀ ਹੋਇਆ। ਲੇਕਿਨ ਫਿਰ ਬਦਕਿਸਮਤੀ ਨਾਲ 70 ਔਰ 71 ਦੇ ਵਿੱਚ ਜਿਹੜਾ ਬੰਗਾਲੀਆਂ ਦਾ ਹੋਲੋਕਾਸਟ ਹੋਇਆ, ਹਾਂਜੀ, ਉਹ ਪਿੱਛੇ ਉਹ ਕੋਈ ਮਾਂ ਬੋਲੀ ਦੀ ਮੂਵਮੈਂਟ ਚੱਲੀ ਆ ਰਹੀ, ਜੀ ਜੀ, ਉਹਦੇ ਵਿੱਚ ਬਦਕਿਸਮਤੀ ਨਾਲ ਚੁੱਕੇ 70-71 ਵਿੱਚ ਆ ਕੇ ਸਾਡੀ ਹੀ ਜਿਹੜੀ ਅਸ਼ਰਾਫੀਆ ਸੀ ਪੰਜਾਬੀਆਂ ਦੀ, ਹਾਂਜੀ, ਉਹ ਹੀ ਪਾਵਰ 'ਚ ਆ ਚੁੱਕੀ ਸੀ, ਜੀ ਬਿਲਕੁਲ, ਚਾਹੇ ਆਰਮੀ ਹੁੰਦੀ, ਚਾਹੇ ਇਸਟੈਬਲਿਸ਼ਮੈਂਟ ਹੁੰਦੀ, ਚਾਹੇ ਹਕੂਮਤ ਹੁੰਦੀ, ਜੀ। ਅਨਫੋਰਚੁਨੇਟਲੀ ਉਹਨਾਂ ਨੇ ਕੋਈ ਯਾਦ ਨਾ ਕੀਤਾ 47 ਨੂੰ, ਉਹਨਾਂ ਨੇ ਉਸੇ ਹੀ ਹੋਲੋਕਾਸਟ ਨੂੰ ਗਰੀਬ ਬੰਗਾਲੀਆਂ ਦੇ ਉੱਤੇ ਕੀਤਾ, ਜੀ, ਲੱਖਾਂ ਬੰਦੇ ਮਾਰੇ ਗਏ, ਬਿਲਕੁਲ ਬਿਲਕੁਲ, ਮਤਲਬ ਉਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਔਰ ਉਦੋਂ ਜਿਹੜਾ ਆਪਰੇਸ਼ਨ ਕੀਤਾ ਉਹਦੇ 'ਚੋਂ ਜਿਹੜੇ 85% ਜਿਹੜੇ ਫੌਜੀ ਸਨ ਉਹ ਪੰਜਾਬ ਤੋਂ ਤਲਕ ਰੱਖਦੇ ਸਨ, ਜੀ ਜੀ। ਦੁੱਖ ਦੀ ਗੱਲ ਹੈਗੀ ਹੈ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਆਪਣੇ ਕੋਲੋਂ ਖੋ ਲਿੱਤਾ ਗਿਆ, ਖੋ ਲਿੱਤਾ। ਮੈਂ ਅੱਛਾ ਉਹਦੀ ਸਰ ਮੈਂ ਤੁਹਾਨੂੰ ਇੱਕ ਗੱਲ ਦੱਸਾਂਗਾ, ਤੁਸੀਂ ਬੜੀ ਸੋਹਣੀ ਗੱਲ ਕਹੀ ਕਿ ਹੁਣ ਇਸ ਵੇਲੇ ਤੁਹਾਡੀ ਜਿਹੜੀ ਮੂਵਮੈਂਟ ਹੈ ਇੰਟਰਨੈਸ਼ਨਲ ਮਦਰ ਲੈਂਗੁਏਜ ਜਿਹੜੀ ਮੂਵਮੈਂਟ ਹੈ, ਪੰਜਾਬੀ ਲੈਂਗੁਏਜ ਜਿਹੜੀ ਮੂਵਮੈਂਟ ਹੈਗੀ ਹੈ, ਉਹ ਇਸ ਵੇਲੇ ਪੂਰੇ ਪਾਕਿਸਤਾਨ ਦੇ ਵਿੱਚ ਇਹਨੂੰ ਮੈਸੇਜ ਨੂੰ ਚਲਾ ਰਹੇ, ਜੀ ਜੀ, ਠੀਕ ਹੈ। ਮੈਂ ਉਸ ਮੂਵਮੈਂਟ ਦੀ ਤਰਫ ਜਾਣ ਤੋਂ ਪਹਿਲੇ ਮੈਂ ਚਾਹਾਂਗਾ, ਮੇਰੀ ਖੁਆਇਸ਼ ਹੈਗੀ, ਜੀ ਜੀ, ਕਿ ਉਹ ਤੁਹਾਡੀ ਜ਼ਾਤੀ ਸਟਰਗਲ, ਤੁਹਾਡੀ ਸਾਥੀਆਂ ਦੀ ਸਟਰਗਲ ਦਾ ਇੱਕ ਛੋਟਾ ਜਿਹਾ ਵੀਡੀਓ ਆਡੀਓ ਕਹਿ ਰਹੇ ਹਾਂ, ਜਿਹੜਾ ਫੋਟੋ ਸ਼ੋਅ ਹੈਗਾ ਜਾਂ ਫੋਟੋ ਸਲਾਈਡ ਹੈਗੀ ਹੈ, ਉਹ ਜ਼ਰੂਰ ਪਹਿਲੇ ਵੇਖ ਲਈਏ, ਫਿਰ ਤੁਸੀਂ ਆਪਣੀ ਗੱਲਬਾਤ ਨੂੰ ਸ਼ਾਮਲ ਕਰੋ। ਥੈਂਕ ਯੂ।
ਸ਼ੁਕਰੀਆ ਆਪਣਾ ਕਹੋਰ ਸਾਹਿਬ, ਤੁਸੀਂ ਮੈਨੂੰ ਮੌਕਾ ਦਿੱਤਾ। ਮੈਂ ਦਿਖਾਉਣਾ ਚਾਹੁੰਦਾ ਸੀ ਦਰਸ਼ਕਾਂ ਨੂੰ ਕਿ ਦੇਖਣ ਕਿ ਤੁਹਾਡੀ ਜਿਹੜੀ ਸਟਰਗਲ ਹੈਗੀ ਹੈ ਉਹ ਕਿੱਡੀ ਕੁ ਡੂੰਘੀ ਹੈ ਅਤੇ ਕਿੰਨੇ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈਗੀ ਹੈ। ਕਿਉਂਕਿ ਅੱਜ ਜਿਹੜਾ ਜ਼ੋਰ ਹੈਗਾ, ਜੋ ਮਾਜ਼ੀ 'ਚ ਹੋਇਆ ਉਹ ਦੁੱਖ ਭਰੀ ਗੱਲਾਂ ਨੇ, ਅਸੀਂ ਉਹ ਕੀਤੀਆਂ ਨੇ ਜੀ, ਲੇਕਿਨ ਅੱਜ ਦੀ ਹੁਣ ਚਲੋ ਗੱਲ ਦੇ ਉੱਤੇ ਆਉਂਦੇ ਹਾਂ। ਅੱਜ ਦੀ ਜਿਹੜੀ ਲੋੜ ਹੈਗੀ ਹੈ, ਹਾਂਜੀ, ਉਹ ਸੁਧਾਰ ਕਿਸ ਤਰ੍ਹਾਂ ਕੀਤਾ ਜਾਵੇ, ਉਹ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗਾ ਕਿ ਜਿਹੜੀ ਇਸ ਵੇਲੇ ਉੱਥੇ ਇੱਕ ਮੂਵਮੈਂਟ ਚੱਲ ਰਹੀ ਹੈ, ਤੁਹਾਡੀ ਜਿਹੜੀ ਉੱਥੇ ਤੁਹਾਡੀ ਪੰਜਾਬੀ ਲੈਂਗੁਏਜ ਮੂਵਮੈਂਟ ਦੇ ਜਿਹੜੇ ਸੱਜਣ ਨੇ, ਤੁਹਾਡੇ ਇਸ ਵੇਲੇ ਹਜ਼ਾਰਾਂ ਬਲਕਿ ਲੱਖਾਂ ਫੋਲੋਅਰਸ ਨੇ, ਜੀ ਜੀ, ਉਹ ਹੁਣ ਕਿਸ ਤਰ੍ਹਾਂ ਅੱਗੇ ਗੱਲ ਨੂੰ ਲੈ ਕੇ ਚੱਲ ਰਹੇ ਨੇ, ਕਿਸ ਤਰ੍ਹਾਂ ਇਹਨੂੰ ਆਪਣੀ ਭਾਸ਼ਾ ਨੂੰ ਵਾਪਸ ਲਿਆ ਰਹੇ ਨੇ। ਦੇਖੋ ਤੁਸੀਂ ਤਾਂ, ਮੈਂ ਕੈਨੇਡਾ ਰਹਿੰਦੇ ਹਾਂ, ਇੱਥੇ ਭਾਸ਼ਾ ਦਾ ਸਭ ਨਾਲੋਂ ਵੱਡਾ ਝਗੜਾ ਉਹ ਫ੍ਰੈਂਚ ਕਿਊਬੈਕ ਦਾ ਹੋਇਆ, ਰੈਫਰੈਂਡਮ ਹੋ ਚੁੱਕਿਆ, ਜੀ ਰੈਫਰੈਂਡਮ ਹੋ ਚੁੱਕਿਆ, ਠੀਕ ਹੈ। ਮਤਲਬ ਤੁਸੀਂ ਬਿਲਕੁਲ ਪਿੱਛੇ ਠੀਕ ਕਿਹਾ ਹੈਗਾ ਕਿ ਇਹ ਬੜਾ ਸੈਂਸਿਟਿਵ ਮਸਲਾ ਹੈ, ਮਸਲਾ ਹੈਗਾ ਜੀ। ਅਸੀਂ ਕੈਨੇਡਾ 'ਚ ਰਹਿ ਕੇ ਵੀ ਸਮਝਦੇ ਹਾਂ, ਹੁਣ ਦੱਸੋ ਉੱਥੇ ਪਾਕਿਸਤਾਨ ਦੇ ਵਿੱਚ ਕਿਸ ਤਰ੍ਹਾਂ ਤੁਹਾਡੀ ਟੀਮ ਲੈ ਕੇ ਜਾ ਰਹੀ ਹੈ, ਇਹ ਮੈਂ ਬਹੁਤ ਸ਼ੁਕਰੀਆ। ਮੈਂ ਅਰਜ਼ ਕਰਦਾ ਕਿ ਪੂਰੇ ਪੰਜਾਬ ਵਿੱਚ ਇਹ ਪਹਿਲੀ ਵਾਰੀ ਪੰਜਾਬ ਦੀ ਤਾਰੀਖ ਵਿੱਚ ਹੋਇਆ। ਦੇਖੋ, ਮੈਂ ਆਪਣਾ 31 ਦਸੰਬਰ 2010 ਵਿੱਚ ਪੰਜਾਬੀ ਲੈਂਗੁਏਜ ਮੂਵਮੈਂਟ ਲਾਂਚ ਕੀਤੀ ਸੀ ਲਾਹੌਰ, ਇਹਦੀਆਂ ਸੜਕਾਂ 'ਤੇ ਅਸੀਂ ਸੜਕਾਂ 'ਤੇ ਆਏ ਪਹਿਲੀ ਵਾਰੀ। ਉਸ ਤੋਂ ਬਾਅਦ ਹੁਣ 10 ਸਾਲ ਮੈਨੂੰ ਹੋ ਰਹੇ ਨੇ, ਇੱਕ ਪੂਰੀ ਦਹਾਈ ਹੋ ਗਈ, ਦਹਾਕਾ ਹੋ ਗਿਆ। ਉਹਦੇ 'ਚ ਕਿ ਸੋਸ਼ਲ ਮੀਡੀਆ ਦਾ ਬੁਨਿਆਦੀ ਕਿਰਦਾਰ ਹੈ ਇਸ ਪੰਜਾਬੀ ਲੈਂਗੁਏਜ ਮੂਵਮੈਂਟ ਨੂੰ ਔਰਗਨਾਈਜ਼ ਕਰਨ ਦਾ। ਬੇਸ਼ੁਮਾਰ ਲੋਕ, ਬੇਸ਼ੁਮਾਰ ਤਨਜ਼ੀਮਾਂ, ਅਸੀਂ 10 ਸਾਲ ਮਿਹਨਤ ਕੀਤੀ। ਮੈਂ ਮਤਲਬ ਕੋਈ ਇਹ ਨਹੀਂ ਕਹਿ ਰਿਹਾ ਕਿ ਮੈਂ ਆਪਣੇ ਸਿਰ ਸਿਹਰਾ ਬਣ ਰਿਹਾ, ਲੇਕਿਨ 10 ਸਾਲ ਪਹਿਲਾਂ ਜਦੋਂ ਮੈਂ ਸੋਸ਼ਲ ਮੀਡੀਆ 'ਤੇ ਪੰਜਾਬੀ ਲੈਂਗੁਏਜ ਮੂਵਮੈਂਟ ਸ਼ੁਰੂ ਕੀਤੀ, ਪੰਜਾਬ ਦੀ ਤਕਸੀਮ ਦੇ ਖਿਲਾਫ ਮੈਂ ਜਦੋਂ ਮੂਵਮੈਂਟ ਸ਼ੁਰੂ ਕੀਤੀ, ਉਸ ਵਕਤ ਮੈਂ ਇਕੱਲਾ ਸਾਂ। ਅੱਜ ਹਜ਼ਾਰਾਂ ਲੋਕ, ਲੱਖਾਂ ਲੋਕ ਸੋਸ਼ਲ ਮੀਡੀਆ, ਬੇਸਿਕਲੀ ਇਸ ਵਕਤ ਪੰਜਾਬੀ ਲੈਂਗੁਏਜ ਮੂਵਮੈਂਟ ਅਤੇ ਪੰਜਾਬ ਦੀ ਤਕਸੀਮ ਦੇ ਖਿਲਾਫ ਜਿਹੜੀ ਤਹਿਰੀਕ ਹੈ, ਇਹ ਪੰਜਾਬ ਦੇ ਘਰ ਘਰ ਪਹੁੰਚ ਚੁੱਕੀ ਅੱਲਾ ਦੇ ਹੁਕਮ ਨਾਲ। ਦੂਜੀ ਗੱਲ, ਬੇਸ਼ੁਮਾਰ ਤਨਜ਼ੀਮਾਂ, ਅੱਛਾ ਇਹਦੇ ਵਿੱਚ ਇਹ ਹੈ ਕਿ ਮਤਲਬ ਰਾਈਟ ਦੇ, ਲੈਫਟ ਦੇ, ਹਰ ਕਿਸਮ ਦੇ ਲੋਕ ਸ਼ਾਮਿਲ ਨੇ। ਹਰ ਮਤਲਬ ਇੱਕ ਚੀਜ਼ 'ਤੇ ਕੰਪਰੋਮਾਈਜ਼ ਹੈਗਾ, ਪੰਜਾਬ ਦੀ ਵੰਡ ਨਹੀਂ ਹੋਣ ਦੇਣੀ, ਜਿਹੜਾ ਮੇਰਾ ਮੁੱਢਲਾ ਮਿਸ਼ਨ ਸੀ। ਹਰ ਬੰਦੇ ਦਾ ਇਹ ਮਤਲਬ ਬਹੁਤ ਸਾਰੀਆਂ ਗਰੁੱਪਾਂ, ਤਨਜ਼ੀਮਾਂ ਆਪਣੇ ਆਪਣੇ ਨਾਂ ਦੇ ਨਾਲ ਕੰਮ ਕਰ ਰਹੇ ਨੇ। ਜ਼ਰੂਰੀ ਨਹੀਂ ਕਿ ਹਰ ਬੰਦਾ ਪੰਜਾਬੀ ਲੈਂਗੁਏਜ ਮੂਵਮੈਂਟ ਦਾ ਅੰਬਰੇਲਾ ਯੂਜ਼ ਕਰ ਰਿਹਾ, ਲੇਕਿਨ ਓਵਰਆਲ ਆਈ ਵੁੱਡ ਕਾਲ ਇਟ ਕਿ ਪੰਜਾਬੀ ਲੈਂਗੁਏਜ ਮੂਵਮੈਂਟ ਹੀ ਹੈ ਜਿਹੜੀ ਸਾਡੀ ਤਨਜ਼ੀਮ ਹੈ ਆਪਣੀ ਜਗ੍ਹਾ। ਹੁਣ ਇਹ ਹੋ ਗਿਆ ਕਿ ਬੇਸ਼ੁਮਾਰ ਤਨਜ਼ੀਮਾਂ ਕਰ ਰਹੀਆਂ ਨੇ ਕੰਮ। ਉਹਨਾਂ ਤਨਜ਼ੀਮਾਂ ਦਾ 4-5 ਨੁਕਤਿਆਂ 'ਤੇ ਮਤਲਬ ਇੱਕ ਹੈਗਾ। ਪਹਿਲਾ ਕਿ ਪੰਜਾਬ ਦੀ ਜਿਹੜੀ ਸਰਕਾਰੀ, ਦਫ਼ਤਰੀ, ਤਾਲੀਮੀ, ਅਦਾਲਤੀ, ਪਾਰਲੀਮਾਨੀ ਜ਼ੁਬਾਨ ਹੈ, ਪੰਜਾਬੀ ਬਣਨੀ ਚਾਹੀਦੀ ਹੈ। ਦੂਜਾ, ਪੰਜਾਬ ਅਸੈਂਬਲੀ ਪੰਜਾਬੀ ਲੈਂਗੁਏਜ ਐਕਟ ਮਨਜ਼ੂਰ ਕਰੇ ਤਾਂ ਕਿ ਪੰਜਾਬ ਦੀ ਸਰਕਾਰੀ ਜ਼ੁਬਾਨ ਬਣੇ। ਤੀਸਰਾ, ਜਿਹੜਾ ਪੰਜਾਬ ਦੀ ਤਕਸੀਮ ਕਿਸੇ ਵੀ ਸੂਰਤ 'ਚ ਮਨਜ਼ੂਰ ਨਹੀਂ ਹੈ, ਲਿਸਾਨੀ ਇੰਤਜ਼ਾਮੀ, ਕਿਉਂਕਿ ਪੰਜਾਬ ਸਦੀਆਂ ਤੋਂ ਇੱਕ ਲਿਸਾਨੀ ਇਕਾਈ ਹੈਗਾ, ਇੱਕ ਜੋਗ੍ਰਾਫੀ ਹੈ। ਇਹ ਤੀਸਰਾ ਪੁਆਇੰਟ ਹੈ। ਚੌਥਾ ਪੁਆਇੰਟ ਇਹ ਹੈਗਾ ਕਿ ਜਿਹੜੀ ਪੰਜਾਬ ਅਸੈਂਬਲੀ ਨੇ ਅਤੇ ਕੌਮੀ ਅਸੈਂਬਲੀ ਨੇ ਪੰਜਾਬ ਦੀਆਂ ਵੰਡਦੀਆਂ ਕਰਾਰਦਾਦਾਂ ਮਨਜ਼ੂਰ ਕੀਤੀਆਂ ਨੇ। ਮੈਂ ਇਹ ਗੱਲ ਗੌਰਮੈਂਟ, ਪੰਜਾਬ ਗੌਰਮੈਂਟ ਨੂੰ, ਪਾਕਿਸਤਾਨ ਗੌਰਮੈਂਟ ਨੂੰ, ਪਾਕਿਸਤਾਨੀ ਰਿਆਸਤ ਨੂੰ, ਪੰਜਾਬ ਦੇ ਸਿਆਸਤਦਾਨਾਂ ਨੂੰ, ਪਾਕਿਸਤਾਨੀ ਸਿਆਸਤਦਾਨਾਂ ਨੂੰ, ਪਾਕਿਸਤਾਨੀ ਕੌਮ ਦੇ ਅੱਗੇ ਰੱਖ ਰਿਹਾ ਕਿ ਪੰਜਾਬ ਦੀ ਵੰਡ ਦਾ ਜਿਹੜਾ ਮੈਂਡੇਟ ਹੈਗਾ ਕਿਸੇ ਕੋਲ ਨਹੀਂ ਦਿੱਤਾ। 12 ਕਰੋੜ ਪੰਜਾਬੀਆਂ ਨੇ ਪੰਜਾਬ ਦੀ ਵੰਡ ਦਾ ਮੈਂਡੇਟ, ਪਾਰਟੀਸ਼ਨ, ਬਾਈਫਰਕੇਸ਼ਨ, ਖਾਲਿਸਾਨੀ ਜਾਂ ਇੰਤਜ਼ਾਮੀ, ਕਿਸੇ ਪਾਰਲੀਮੈਂਟ ਕੋਲ, ਕਿਸੇ ਆਇਨ ਕੋਲ, ਕਿਸੇ ਕਾਨੂੰਨ ਕੋਲ, ਕਿਸੇ ਸਿਆਸੀ ਪਾਰਟੀ ਕੋਲ ਨਹੀਂ ਹੈਗਾ। ਨੂਨ ਲੀਗ, ਪੀਪਲਸ ਪਾਰਟੀ, ਤਹਿਰੀਕ ਇਨਸਾਫ ਪੰਜਾਬ ਦੇ ਆਵਾਮ ਦੇ ਨੁਮਾਇੰਦੇ ਨਹੀਂ ਹੈਗੇ। ਇਹ ਚੋਰ ਲੋਕ ਹੈਗੇ ਨੇ, ਇਹ ਲੁਟੇਰੇ ਅਤੇ ਡਾਕੂ ਅਤੇ ਠੱਗ ਨੇ, ਇਹ ਪੰਜਾਬ ਦੇ ਆਵਾਮ ਦੇ ਨੁਮਾਇੰਦੇ ਨਹੀਂ ਹੈਗੇ। ਅਸੀਂ ਇਹਨਾਂ ਨੂੰ ਹੱਕ ਨਹੀਂ ਦਿੱਤਾ। ਮੈਂ ਇੱਕ ਪੰਜਾਬੀ ਹਾਂ, ਸ਼ਾਹਪੁਰ ਸਰਗੋਧੇ ਦਾ, ਮੇਰੀ ਮਾਂ ਬੋਲੀ ਪੰਜਾਬੀ ਹੈ, ਪੰਜਾਬ ਮੇਰੀ ਧਰਤੀ ਮਾਂ ਹੈ। ਮੈਂ ਕਿਸੇ ਪਾਰਟੀ ਨੂੰ ਹੱਕ ਨਹੀਂ ਦਿੱਤਾ ਕਿ ਮੇਰੇ ਪੰਜਾਬ ਨੂੰ ਵੰਡੋ। ਜੇ ਤੁਸੀਂ ਪੰਜਾਬ ਨੂੰ ਵੰਡਣਾ
ਤੇ ਪੂਰੇ ਪਾਕਿਸਤਾਨ 'ਚ ਤੁਸੀਂ ਰੈਫਰੈਂਡਮ ਕਰਾਓ। ਇਹ ਉੱਥੋਂ ਬਿਲਾਵਲ ਉੱਠਦਾ ਅਤੇ ਆ ਕੇ ਨਾਰੇ ਭਰਦਾ ਪਾਕਿਸਤਾਨ ਵਿੱਚ, ਪੰਜਾਬ ਵਿੱਚ ਗਿਣਸੂ ਗਿਣਸੂ, ਸੂਬਾ ਗਿਣਸੂ, ਅਤੇ ਕਰਾਚੀ ਜਾ ਕੇ ਆਖਦਾ ਮਰਸੂ ਮਰਸੂ ਸਿੰਦਰਾਂ ਡੇਸੂ। ਇਸ ਤੋਂ ਵੱਡੀ ਮੁਨਾਫਕਤ ਇਸ ਰੂਏ ਜ਼ਮੀਨ 'ਤੇ ਕੋਈ ਨਹੀਂ ਹੋ ਸਕਦੀ। ਇਹ ਪੰਜਾਬ ਦੁਸ਼ਮਣੀ ਦੀ ਇੰਤਹਾ ਹੈ। ਗੱਲ ਮੈਂ ਅਰਜ਼ ਕਰ ਰਿਹਾ ਕਿ ਇਸ 'ਤੇ ਏਕਾ ਹੈਗਾ ਕਿ ਅਸੀਂ ਪੰਜਾਬ ਦੀ ਵੰਡ ਨਹੀਂ ਹੋਣ ਦੇਣੀ, ਪੰਜਾਬੀ ਜ਼ੁਬਾਨ ਨੂੰ ਦਾ ਹੱਕ ਦਿਲਾਉਣਾ, ਪੰਜਾਬੀ ਲੈਂਗੁਏਜ ਮੂਵਮੈਂਟ ਐਕਟ, ਪੰਜਾਬੀ ਲੈਂਗੁਏਜ ਐਕਟ ਪੰਜਾਬ ਅਸੈਂਬਲੀ ਮਨਜ਼ੂਰ ਕਰੇ। ਉਸ ਤੋਂ ਬਾਅਦ ਜਿਹੜੀ ਸਾਡੀ ਪੰਜਵੀਂ ਮੁਤਾਲਬਾ, ਪਾਕਿਸਤਾਨ 'ਚ ਚਾਰ ਮੈਜੋਰਟੀ ਜ਼ਬਾਨਾਂ ਨੇ, ਸਿੰਧੀ, ਪੰਜਾਬੀ, ਪਸ਼ਤੋ ਅਤੇ ਬਲੋਚੀ, ਇਹ ਚਾਰ ਜ਼ੁਬਾਨਾਂ ਨੂੰ ਨੈਸ਼ਨਲ ਲੈਂਗੁਏਜਸ ਡਿਕਲੇਅਰ ਕਰੋ। ਸਾਊਥ ਪੰਜਾਬ ਦੇ ਮਸਲੇ ਅੱਗੇ ਅਸੀਂ ਟੇਕਅਪ ਕਰ ਰਹੇ ਹਾਂ, ਪੰਜਾਬੀ ਲੈਂਗੁਏਜ ਮੂਵਮੈਂਟ। ਦੂਜੀ ਜਿਹੜੀ ਸਾਡੀ ਔਰਗਨਾਈਜੇਸ਼ਨ ਹੈ ਪੰਜਾਬ ਬਚਾਓ ਤਹਿਰੀਕ, ਮੈਂ ਉਹਦਾ ਕਾਇਦ ਹੈਗਾ, ਉਹਦਾ ਚੇਅਰਮੈਨ ਹੈਗਾ। ਪੰਜਾਬ ਬਚਾਓ ਤਹਿਰੀਕ ਜਿਹੜੀ ਹੈ ਇਹ ਸਾਊਥ ਪੰਜਾਬ ਦੇ ਮਸਲੇ ਨੂੰ ਟੇਕਅਪ ਕਰ ਰਹੀ ਹੈ। ਸਾਡਾ ਮਿਸ਼ਨ ਅਤੇ ਏਜੰਡਾ ਇਹ ਹੈਗਾ ਕਿ ਉੱਥੇ ਸਰਦਾਰੀਆਂ, ਗੱਦੀ ਨਸ਼ੀਨੀਆਂ ਖਤਮ ਕਰੀਏ, ਜਾਗੀਰਦਾਰੀ ਖਤਮ ਕਰਾਈਏ, ਅਤੇ ਇਹਨਾਂ ਦੀਆਂ ਜਾਗੀਰਾਂ ਖੋ ਕੇ, ਇਹਨਾਂ ਦੀ ਦੌਲਤ ਖੋ ਕੇ ਜਿਹੜੇ ਲੋਕਲ ਲੋਕ ਨੇ, ਮਹਿਰੂਮ ਨੇ, ਪਸਮਾਨਦਾ ਨੇ, 200 ਸਾਲ ਤੋਂ, ਦੇਖੋ 200 ਸਾਲ ਤੋਂ, 500 ਸਾਲ ਤੋਂ ਇਹ ਜਨੂਬੀ ਪੰਜਾਬ ਸਾਰਾ ਪਾਕਿਸਤਾਨ ਖੰਡਰ ਸੀ, ਇਹ ਪਸਮਾਨਦਾ ਸੀ, ਇਹਨੂੰ ਆ ਕੇ ਪੰਜਾਬੀਆਂ ਨੇ ਨਹੀਂ ਕਰ ਦਿੱਤਾ। ਅੱਛਾ, ਦੂਜੀ ਗੱਲ ਇਹ ਕਿ ਸਾਊਥ ਪੰਜਾਬ ਵਿੱਚ ਪੰਜਾਬੀ ਬੋਲਣ ਵਾਲੀ ਦੀ ਅਕਸਰੀਅਤ ਹੈ। ਇਹ ਪੂਰਾ ਇੱਕ ਮੁਨਜ਼ਮ ਸਿਸਟਮ, ਇੱਕ ਮਾਫੀਆ ਚੱਲ ਰਿਹਾ, ਔਰਗਨਾਈਜ਼ ਕ੍ਰਾਈਮ ਹੋ ਰਿਹਾ ਪੰਜਾਬ ਦੇ ਖਿਲਾਫ਼। ਇਹ ਜਿਹੜੀਆਂ ਨੀਲੀਆਂ ਅਜਰਕਾਂ ਪਾਈ ਫਿਰਦੇ ਨੇ, ਬੇਸਿਕਲੀ ਇਹ ਦੱਸ ਰਹੇ ਨੇ ਕਿ ਜੀ ਅਸੀਂ ਪੰਜਾਬੀ ਨਹੀਂ, ਅਸੀਂ ਸਿੰਧੀ ਹੈਗੇ ਹਾਂ, ਅਸੀਂ ਸਿੰਧ ਤੋਂ ਆਏ ਹਾਂ, ਸਾਨੂੰ ਅੱਧਾ ਸਿੰਧ ਪੰਜਾਬ ਕੱਟ ਕੇ ਦੇ ਦਿਓ, ਅਸੀਂ ਸਿੰਧ 'ਚ ਸ਼ਾਮਿਲ ਕਰ ਦਈਏ ਜਾਂ ਵੱਖਰਾ ਕਰ। ਇਹ ਕਿਸ ਤਰ੍ਹਾਂ, ਕੋਈ ਪਨਾਹਗੀਰਾਂ ਨੂੰ ਸੂਬੇ ਦਿੰਦਾ ਪੰਜਾਬ, ਪੰਜਾਬੀਆਂ ਨਾਲ ਸਿੰਧ ਬਲੋਚਿਸਤਾਨ 'ਚ ਕੀ ਹੋਇਆ, ਸਿੰਧ ਵਿੱਚ ਕੀ ਹੋਇਆ? ਮੈਨੂੰ ਇਹ ਦੱਸੋ ਕਿ ਅੱਜ ਸਾਰੇ ਪੰਜਾਬ ਵਿੱਚ ਸਾਰੇ ਅਫਗਾਨਿਸਤਾਨ ਅਫਗਾਨੀ ਦੇ ਪਠਾਣ ਆ ਕੇ ਬੈਠੇ ਨੇ, ਜਿਸ ਸ਼ਹਿਰ ਵਿੱਚ ਜਾਓ ਹਰ ਤਰ੍ਹਾਂ ਪਠਾਣ ਨਜ਼ਰ ਆ ਰਹੇ। ਮੈਨੂੰ ਇਹ ਦੱਸੋ ਕਿ ਕੀ ਕੋਈ ਪੰਜਾਬੀ ਵੀ ਸੂਬਾ ਸਰਹੱਦ 'ਚ ਉੱਥੇ ਖੈਬਰ ਪਖਤੂਰਖਾ ਜਾ ਕੇ ਹੋਟਲ ਖੋਲ੍ਹ ਸਕਦਾ? ਨਹੀਂ ਖੋਲ੍ਹ ਸਕਦਾ। ਕੋਈ ਪੰਜਾਬੀ ਉੱਥੇ ਰਹਿ ਸਕਦਾ? ਨਹੀਂ ਰਹਿ ਸਕਦਾ। ਇਹ ਜਿਹੜੇ ਪਠਾਣ ਆਬਾਦਕਾਰੀ ਹੋ ਰਹੀ, ਗਲਤ, ਇਹਨੂੰ ਖਤਮ ਹੋਣਾ ਚਾਹੀਦਾ। ਅਸੀਂ ਗੱਲ, ਆਖਰੀ ਗੱਲ ਜਿਹੜੀ ਮੈਂ ਕਰਨਾ ਚਾਹ ਰਿਹਾ, 21 ਫਰਵਰੀ ਨੂੰ ਮੈਂ ਪੰਜਾਬੀ ਲੈਂਗੁਏਜ ਮੂਵਮੈਂਟ ਦੇ ਕਨਵੀਨਰ ਦੀ ਹੈਸੀਅਤ ਨਾਲ ਸਾਰੇ ਪੰਜਾਬੀ ਪਿਆਰੇ ਜਿਹੜੇ ਵਰਕਰਸ ਨੇ, ਕਾਮੇ ਨੇ, ਨੈਸ਼ਨਲਿਸਟ ਨੇ, ਕੌਮ ਪ੍ਰਸਤ ਨੇ, ਉਹਨਾਂ ਨੂੰ ਮੈਂ ਅਪੀਲ ਕਰ ਰਿਹਾ ਕਿ ਉਹ ਸਾਰੇ ਪੰਜਾਬ ਦੇ ਸ਼ਹਿਰਾਂ 'ਚ ਇਕੱਠੇ ਹੋਣ, ਪ੍ਰੈਸ ਕਲੱਬ ਦੇ ਸਾਹਮਣੇ ਇਕੱਠੇ ਹੋਣ, ਭਾਵੇਂ ਹੱਥ ਨਾਲ ਇੱਕ ਬੈਨਰ ਲਿਖੋ, ਲੇਕਿਨ ਆਪਣੀ ਮਾਂ ਬੋਲੀ ਦੇ ਹੱਕ ਵਾਸਤੇ ਨਿਕਲੋ। ਗੁਜਰਾਤ ਵਿੱਚ ਆਪਣਾ ਜੰਗ ਵਿੱਚ ਇੱਕ ਤਾਰੀਖੀ ਕੰਮ ਹੋਇਆ, ਪਹਿਲੀ ਵਾਰੀ ਜਿਹੜੀ ਪੰਜਾਬੀ ਲੈਂਗੁਏਜ ਮੂਵਮੈਂਟ, ਪੰਜਾਬੀ ਜ਼ੁਬਾਨ ਤਹਿਰੀਕ ਉੱਥੇ ਸੜਕਾਂ 'ਤੇ ਆ ਰਹੀ, ਲੋਕਲ ਪੰਜਾਬੀ ਜਿਹੜੇ ਜੰਗ ਦੇ ਉਹ ਇਕੱਠੇ ਹੋ ਰਹੇ ਨੇ। ਉਸ ਤੋਂ ਬਾਅਦ ਲਾਹੌਰ ਵਿੱਚ ਨਿਕਲ ਰਿਹਾ, ਉਹ ਰਾਵਲ ਪਿੰਡੀ 'ਚ ਨਿਕਲ ਰਿਹਾ, ਸਾਹੀਵਾਲ 'ਚ ਆਪਣਾ ਪੰਜਾਬ ਲੋਕ ਲਹਿਰ ਦੇ ਸਾਡੇ ਦੋਸਤ ਨੇ, ਪੰਜਾਬੀ ਕੌਮਪ੍ਰੈਸ, ਬਹੁਤ ਸਾਡੇ ਸੁਰਮਾ ਹੈਗਾ ਸਾਡਾ ਵੀਰ ਕਸਰ ਮੁਬਾਰਕ ਬੱਟ, ਇਸ ਵੇਲੇ ਹੋਸਪਿਟਲ 'ਚ, ਅੱਲਾਹ ਤਾਲਾ ਉਹਨੂੰ ਸਿਹਤ ਦੇ, ਮਨ ਦੀ ਜ਼ਿੰਦਗੀ 'ਤੇ ਸਿਹਤ ਦੀ ਦੁਆ ਕਰ ਰਿਹਾ, ਆਮੀਨ। ਉਸ ਤੋਂ ਬਾਅਦ ਆਪਣਾ ਪੰਜਾਬੀ ਜਿਹੜਾ ਇਹ ਹੈਗਾ, ਦੂਜੀਆਂ ਤਨਜ਼ੀਮਾਂ ਨੇ ਸਾਰੀਆਂ ਇਹ ਇਸ ਵੇਲੇ ਆਪਣਾ ਇਕੱਠ ਕਰ ਰਹੀਆਂ ਨੇ, ਲੱਗੀਆਂ ਨੇ। ਪੰਜਾਬ ਨੈਸ਼ਨਲ ਮੂਵਮੈਂਟ ਹੈਗੀ ਹੈ ਅਮਾਰ ਕਾਜ਼ਮੀ ਸਾਹਿਬ ਦੀ, ਪੰਜਾਬੀ ਲੈਂਗੁਏਜ ਮੂਵਮੈਂਟ ਹੈਗੀ ਹੈ ਅਬੂਲ ਹਸਨ ਵਾਨਾ ਸਾਹਿਬ ਦਾ, ਪੰਜਾਬ ਸੇਵਕ ਸਾਂਝ ਹੈਗਾ, ਚੱਜ ਅਦਬੀ ਪ੍ਰਚਾਰ ਜੰਗ ਹੈਗਾ। ਇਹ ਸਾਰੀਆਂ ਤਨਜ਼ੀਮਾਂ ਜਿਹੜੀਆਂ ਨੇ ਇਹ ਸੜਕਾਂ 'ਤੇ ਆ ਰਹੀਆਂ ਨੇ। ਮੈਂ ਚਾਹਾਂਗਾ ਜਿਹੜੇ ਸ਼ਹਿਰ ਰਹਿ ਗਏ ਨੇ, ਸਰਗੋਧਾ, ਲਾਇਲਪੁਰ, ਉਸ ਤੋਂ ਬਾਅਦ ਆਪਣਾ ਰਹੀਮ ਯਾਰ ਖਾਨ, ਡੇਰਾ ਗਾਜ਼ੀ ਖਾਨ, ਗੁਜਰਾਤ, ਮੰਡੀ ਬਹਾਉਦੀਨ, ਇਹ ਜਿਹੜੇ ਮੀਆਂ ਅਲੀ, ਹਰ ਸਾਰੇ ਇਹ ਤਾਰੀਖੀ ਦਿਨ ਹੈਗਾ। ਮੇਰਾ ਆਪਣਾ ਖਿਆਲ ਹੈ ਕਿ ਪੰਜਾਬੀ ਜ਼ੁਬਾਨ ਤਹਿਰੀਕ ਜਿਹੜੀ ਹੈ, ਪੰਜਾਬੀ ਲੈਂਗੁਏਜ ਮੂਵਮੈਂਟ, ਇਸ ਵੇਲੇ ਪੂਰੇ ਪੰਜਾਬ 'ਚ ਫੈਲ ਚੁੱਕੀ ਹੈ। ਸਾਨੂੰ ਚਾਹੀਦਾ ਕਿ ਅਸੀਂ ਆਪਣੀ ਇਸ ਤਨਜ਼ੀਮ ਨੂੰ ਔਰਗਨਾਈਜ਼ ਕਰਕੇ ਪੰਜਾਬ ਸਰਕਾਰ ਕੋਲੋਂ, ਵਫਾਕੇ ਪਾਕਿਸਤਾਨ ਕੋਲੋਂ, ਇਹ ਕਾਲਾ ਕਾਨੂੰਨ ਖਤਮ ਕਰਾਈਏ ਕਿ ਪੰਜਾਬ ਦੀ ਜ਼ੁਬਾਨ ਪੰਜਾਬੀ ਹੈ, ਉਰਦੂ ਖਤਮ ਕਰਕੇ ਪੰਜਾਬ ਨੂੰ ਆਦੀ ਜ਼ੁਬਾਨ ਵਾਪਸ ਕਰੋ। ਨਹੀਂ ਤਾਂ ਜਿਹੜੇ ਇਸਲਾਮਾਬਾਦ 'ਚ ਵਾਕਿਆ ਹੋਇਆ, ਇੱਕ ਔਰਤ ਨੇ ਇੱਕ ਪੰਜਾਬੀ ਪੁਲਿਸ ਔਫਿਸਰ ਨੂੰ ਬਦਤਮੀਜ਼ੀ ਕੀਤੀ ਕਿ ਉਹਦਾ ਉਹ ਆਪਣਾ ਪੰਜਾਬੀ ਬੋਲ ਕੇ ਅਤੇ ਉਹਨੂੰ ਬਦਤਮੀਜ਼ੀ ਕੀਤੀ ਕਿ ਜਾਹਲਾਂ ਦੀ ਜ਼ੁਬਾਨ ਹੈ। ਮੈਂ ਇਹ ਦੱਸ ਰਿਹਾ ਕਿ ਅਸੀਂ 5000 ਸਾਲ, 7000 ਸਾਲ ਕਦੀਮ ਤਹਿਜ਼ੀਬ ਦੇ ਮਾਲਕ ਹਾਂ। ਪੰਜਾਬੀਆਂ ਨੂੰ ਇਹ ਕਹਿਣਾ ਕਿ ਉਹ ਬਦ ਤਹਿਜ਼ੀਬ ਨੇ, ਉਹ ਲੋਕ ਆਪਣਾ ਜ਼ਰਾ ਗਰੀਬਾਨ 'ਚ ਇੱਕ ਵਾਰੀ ਜਾਤੀ ਮਾਰ ਕੇ ਵੇਖਣ। ਸਾਨੂੰ ਪੰਜਾਬ ਨੂੰ ਆਪਣੀ ਜ਼ੁਬਾਨ ਵਾਪਸ ਚਾਹੀਦੀ। ਇਸ ਤੋਂ ਪਹਿਲੇ ਕਿ ਪੰਜਾਬ ਵਿੱਚ ਬੰਗਾਲੀ ਜਿਹੜੀ ਪੰਜਾਬੀ ਲੈਂਗੁਏਜ ਮੂਵਮੈਂਟ ਹੈ, ਇਸ ਤੋਂ ਪਹਿਲੇ ਕਿ ਇਹ ਬੰਗਾਲੀ ਲੈਂਗੁਏਜ ਮੂਵਮੈਂਟ ਦੇ ਨਕਸ਼ੇ ਕਦਮ ਦੇ ਉੱਤੇ ਚੱਲੇ, ਮੈਂ ਗੱਲ ਇਹ ਕਰਨਾ ਚਾਹ ਰਿਹਾ ਸੀ। ਅੱਜ ਆਲਮੀ ਮਾਂ ਬੋਲੀ ਦਿਹਾੜ 21 ਫਰਵਰੀ 2020 21 ਫਰਵਰੀ ਨੂੰ ਮਨਾਇਆ ਜਾ ਰਿਹਾ। ਮੈਂ ਤੁਹਾਨੂੰ ਗੱਲ ਇਹ ਕਹਿ ਰਿਹਾ ਕਿ ਬੰਗਾਲੀ ਲੈਂਗੁਏਜ ਮੂਵਮੈਂਟ, ਬੰਗਲਾਦੇਸ਼ ਦੀ ਸੂਰਤ ਹਾਲ ਜਿਹੜੀ ਲਸਾਨੀ ਸੀ,
ਅਤੇ ਪੰਜਾਬ ਦੀ ਜਿਹੜੀ ਲਿਸਾਨੀ ਜਿਹੜੀ ਜਬਰ ਹੋ ਰਿਹਾ ਜ਼ੁਬਾਨ ਦਾ ਇਹ ਬਿਲਕੁਲ ਮੁਸ਼ਤਰਕ ਹੈ। ਉੱਥੇ ਬੰਗਾਲੀ ਕੌਮ ਪ੍ਰਸਤੀ ਨੇ ਨਕਸ਼ੇ ਬਦਲ ਦਿੱਤੇ, ਤਖ਼ਤ ਉਲਟ ਦਿੱਤੇ, ਮੁਲਕ ਬਣਾ ਤੇ ਸਾਰਾ ਕੁਝ ਕਰਤਾ। ਬੰਗਾਲੀ ਪੰਜਾਬੀ ਜ਼ੁਬਾਨ ਨੂੰ ਪੰਜਾਬ ਨੂੰ ਪੰਜਾਬੀ ਜ਼ੁਬਾਨ ਵਾਪਸ ਕਰੋ, ਨਹੀਂ ਤਾਂ ਇਹ ਪੰਜਾਬੀ ਲੈਂਗੁਏਜ ਮੂਵਮੈਂਟ ਜਿਹੜੀ ਹੈ, ਇਹ ਬੰਗਾਲੀ ਲੈਂਗੁਏਜ ਮੂਵਮੈਂਟ ਅਤੇ ਪੰਜਾਬੀ ਕੌਮ ਪ੍ਰਸਤੀ ਜਿਹੜੀ ਹੈ, ਇਹ ਬੰਗਾਲੀ ਕੌਮ ਪ੍ਰਸਤੀ ਦੀ ਕਦਮਾਂ ਦੇ ਉੱਤੇ ਟੁਰ ਪਈ ਹੈ। ਸਾਡਾ ਇੱਕ ਹੀ ਮੁਤਾਲਬਾ ਹੈ, ਪੰਜਾਬ ਨੂੰ ਪੰਜਾਬੀ ਜ਼ੁਬਾਨ ਵਾਪਸ ਕਰੋ। ਅਤੇ 21 ਫਰਵਰੀ 2020 ਨੂੰ ਸਾਰੇ ਪੰਜਾਬ ਦੇ ਲੋਕ ਜਿਹੜੇ ਪੰਜਾਬ ਅਤੇ ਪੰਜਾਬੀ ਜ਼ੁਬਾਨ ਆਪਣੀ ਮਾਂ ਬੋਲੀ ਨਾਲ ਪਿਆਰ ਕਰਦੇ ਨੇ, ਮੈਂ ਉਹਨਾਂ ਨੂੰ ਅਪੀਲ ਕਰ ਰਿਹਾ, ਦਰਖਾਸਤ ਕਰ ਰਿਹਾ, ਬੇਨਤੀ ਕਰ ਰਿਹਾ ਕਿ ਉਹ ਤੁਸੀਂ ਛੁੱਟੀ ਕਰੋ ਉਸ ਦਿਹਾੜੇ 'ਤੇ ਸੜਕਾਂ 'ਤੇ ਉਹ ਆਪਣੀ ਮਾਂ ਬੋਲੀ ਦੇ ਹੱਕ ਵਾਸਤੇ। ਬਹੁਤ ਵਧੀਆ ਗੱਲ ਜੀ, ਮੈਂ ਸਮਝਦਾ ਇਹ ਬੜਾ ਹੀ ਸਟਰੋਂਗ ਮੈਸੇਜ ਹੈ, ਔਰ ਜਿਹੜੀ ਹੈਰੀਟੇਜ ਵਾਸਤੇ ਤੁਸੀਂ ਖਿਦਮਤ ਕਰ ਰਹੇ ਜੀ, ਇਹ ਬੜੀ ਇੰਪੋਰਟੈਂਟ ਹੈਗੀ ਹੈ। ਮੈਂ ਇਸ ਤੋਂ ਅੱਗੇ ਕੁਛ ਕਹਿਣਾ ਗੈਰ ਜ਼ਰੂਰੀ ਸਮਝਦਾ ਗਾ। ਬਹੁਤ ਸ਼ੁਕਰੀਆ ਤੁਹਾਡਾ ਅਤੇ ਟੈਗ ਟੀਵੀ ਦਾ, ਬਹੁਤ ਸ਼ੁਕਰੀਆ ਦੋਸਤੋ। ਸਾਰਿਆਂ ਨੂੰ ਅੱਲਾਹ ਸਲਾਮਤ ਰੱਖੇ। ਮੈਂ ਆਪਣੀ ਮਾਂ ਬੋਲੀ ਦੀ ਤਹਿਰੀਕ ਪੰਜਾਬੀ ਲੈਂਗੁਏਜ ਮੂਵਮੈਂਟ ਦੀ ਕਾਮਯਾਬੀ ਦੀ ਦੁਆ ਕਰ ਰਿਹਾ। ਮੈਂ ਅੱਜ 21 ਫਰਵਰੀ 2020 ਮਾਂ ਬੋਲੀ ਆਲਮੀ ਦਿਹਾੜ, ਸਾਰੇ ਪੰਜਾਬ ਨੂੰ ਆਪਣੀ ਮਾਂ ਬੋਲੀ ਨਾਲ ਪਿਆਰ ਕਰਨ ਵਾਲੇ ਸਾਰੇ ਪੰਜਾਬੀਆਂ ਨੂੰ ਅਪੀਲ ਕਰ ਰਿਹਾ, ਦਰਖਾਸਤ ਕਰ ਰਿਹਾ, ਬੇਨਤੀ ਕਰ ਰਿਹਾ ਕਿ 21 ਫਰਵਰੀ 2020 ਨੂੰ ਪੰਜਾਬ ਦੇ ਹਰ ਸ਼ਹਿਰ ਵਿੱਚ ਮਾਂ ਬੋਲੀ ਨਾਲ ਪਿਆਰ ਕਰਨ ਵਾਲੇ ਮੇਰੇ ਸਾਰੇ ਧੀਆਂ ਪੁੱਤਰ, ਭੈਣਾਂ ਭਰਾ, ਮੇਰੀਆਂ ਮਾਵਾਂ ਸਭ ਜਿਹੜੇ ਉਹ ਆਪਣੀਆਂ ਫੈਮਲੀਆਂ ਦੇ ਨਾਲ ਆਪਣੇ ਸ਼ਹਿਰ ਦੀ ਜਿਹੜੀ ਵੀ ਤਨਜ਼ੀਮ ਤੁਹਾਡੀ ਮਾਂ ਬੋਲੀ ਦਾ ਆਪਣਾ ਇਕੱਠ ਕਰ ਰਹੀ ਹੈ, ਮਾਂ ਬੋਲੀ ਆਲਮੀ ਦਿਹਾੜ ਮਨਾ ਰਹੀ ਹੈ, ਉਹਦੇ ਨਾਲ ਤੁਸੀਂ ਇਕੱਠੇ ਹੋ ਕੇ ਅਤੇ ਵਿਖਾਲਾ ਦਿਓ, ਅਤੇ ਅਸੀਂ ਦੱਸਣਾ ਚਾਹ ਰਹੇ ਹਾਂ ਪਾਕਿਸਤਾਨੀ ਰਿਆਸਤ ਨੂੰ ਕਿ ਸਾਡੀ ਮਾਦਰੀ ਜ਼ੁਬਾਨ ਜਿਹੜੀ ਹੈ ਉਹ ਸਾਨੂੰ ਵਾਪਸ ਕਰੋ, ਸਾਡੇ ਪੰਜਾਬ ਨੂੰ ਵਾਪਸ ਕਰੋ। ਬੜਾ ਟਾਈਮ ਹੋਇਆ, ਬੜਾ ਵੇਲਾ ਹੋ ਗਿਆ, ਪੰਜਾਬੀ ਦਾ ਨਾਰਾ ਨਹੀਂ ਸੁਣਿਆ। ਅੱਜ ਕੁਝ 2-4 ਨਾਰੇ ਮਾਰ ਲਈਏ, ਤਖ਼ਤ ਲਾਹੌਰ ਨੂੰ ਹਿਲਾ ਲਈਏ। ਮੈਂ ਆਖਦਾ ਮਾਂ ਬੋਲੀ ਪੂਰੇ ਜ਼ੋਰ ਨਾਲ ਆਖੋ ਪੰਜਾਬੀ, ਮੈਂ ਆਖਦਾ ਕੌਮੀ ਬੋਲੀ ਪੂਰੇ ਜ਼ੋਰ ਨਾਲ ਆਖੋ ਪੰਜਾਬੀ, ਮਾਂ ਬੋਲੀ ਕੌਮੀ ਬੋਲੀ ਪੰਜਾਬੀ।